प्यारे बच्चों सत श्री अकाल मैं किरणदीप कौर आज ਆਪਾਂ ਪੰਜਾਬੀ ਦੀ ਪਾਠ ਪੁਸਤਕ 11ਵੀਂ ਕਲਾਸ ਵਿੱਚੋਂ ਪੰਜਾਬੀ ਸਹਿਤ ਦਾ ਸੰਖੇਪ ਇਤਿਹਾਸ ਗੁਰਮਤ ਕਾਵਟਾਰਾ ਭਾਗ ਦੂਜਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਦੀ ਤੇ ਗੁਰੂ ਅਮਰਦਾਸ ਜੀ ਪੜ ਚੁੱਕੇ ਹਾਂ ਆਓ ਪੜਦੇ ਹਾਂ ਅਗਲੀ ਗੁਰੂ ਅਰਜਨ ਦੇਵ ਜੀ 1563 ਤੋਂ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਤੀਜੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਦੋਤਾ ਬਾਣੀ ਦਾ ਬਹੁਤ ਦਾ ਵਰਦਾਨ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਦਾ ਕੀ ਨਾਮ ਸੀ ਪਿਆਰੇ ਬੱਚਿਓ ਗੁਰੂ ਅਮਰਦਾਸ ਜੀ ਜੋ ਤੀਜੇ ਗੁਰੂ ਸਨ ਆਪਣੇ ਉਹਨਾਂ ਨੇ ਬਚਪਨ ਵਿੱਚ ਹੀ ਉਹਨਾਂ ਨੂੰ ਕਿਹੜਾ ਵਰਦਾਨ ਦਿੱਤਾ ਸੀ ਦੋਤਾ ਬਾਣੀ ਦਾ ਬਹੁਤ ਥਾ ਜਿਸ ਨੂੰ ਸাকার ਕਰਦਿਆਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਕਦੋਂ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਿਆਰੇ ਬੱਚਿਓ 1604 ਈਸਵੀ ਵਿੱਚ ਜਿਸ ਵਿੱਚ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਭਗਤਾਂ ਸੂਫੀ ਫਕੀਰਾਂ ਭਟਾਂ ਤੇ ਗੁਰੂ ਸਿੱਖਾਂ ਦੀ ਬਾਣੀ ਦਰਜ ਹੈ ਜੋ ਗੁਰਮਤ ਦੇ ਸਿਧਾਂਤਾਂ ਦੇ ਅਨੁਕੂਲ ਹੈ ਇਹ ਗੁਰੂ ਸਾਹਿਬ ਵੱਲੋਂ ਕੀਤਾ ਗਿਆ ਸਭ ਤੋਂ ਮਹਾਨ ਕਾਰਜ ਹੈ ਜੋ ਅਧਿਆਤਮਿਕ ਸਾਹਿਤਿਕ ਤੇ ਭਾਸ਼ਾਈ ਖੇਤਰ ਵਿੱਚ ਮੀਲ ਦਾ ਪੱਥਰ ਸਾਬਿਤ ਹੋਇਆ ਹੈ ਸਭ ਤੋਂ ਮਹਾਨ ਕਾਰਜ ਗੁਰੂ ਅਰਜਨ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ ਹਾਂਜੀ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਗੁਰੂ ਸਾਹਿਬ ਦੀ ਦਰਜ ਹੈ ਪਿਆਰੇ ਬੱਚਿਓ ਗੁਰੂ ਅਰਜਨ ਦੇਵ ਜੀ ਦੀ ਦੂਸਰੇ ਨੰਬਰ ਤੇ ਗੁਰੂ ਨਾਨਕ ਦੇਵ ਜੀ ਦੀ ਤੇ ਸਭ ਤੋਂ ਘੱਟ ਬਾਣੀ ਕਿਹਨਾਂ ਦੀ ਦਰਜ ਹੈ ਗੁਰੂ ਅੰਗਦ ਦੇਵ ਜੀ ਦੀ ਸਿਰਫ ਤਰੇਟ ਸ਼ਲੋਕ ਦਰਜ ਹਨ ਇਹ ਆਪਾਂ ਪਹਿਲਾਂ ਪੜ ਚੁੱਕੇ ਹਾਂ ਜਿਸ ਦੇ ਕੁੱਲ 2312 ਸ਼ਬਦ ਬਣਦੇ ਹਨ ਆਪ ਦੁਆਰਾ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 1430 ਪੰਨਿਆਂ ਦੇ ਅੱਧ ਦੇ ਸਮਾਨੰਤਰ ਹੈ ਸੁਖਮੀ ਸਾਹਿਬ ਤੇ 52 ਅਖਰੀ ਪ੍ਰਬੰਧ ਕਾਵਧੀਆਂ ਉੱਤਮ ਬਣ ਗਈਆਂ ਹਨ ਹਾਂਜੀ ਪ੍ਰਬੰਧ ਕਾਵਧੀਆਂ ਉੱਤਮ ਬਣ ਗਈਆਂ ਕਿਹੜੀਆਂ ਹਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀਆਂ ਸੁਖਮੀ ਸਾਹਿਬ ਤੇ 52 ਅਖਰੀ ਬਾਰਾਮਾ ਰਾਗ ਮਾਜ ਬਾਰਾਮਾ ਕਿਹੜੇ ਰਾਗ ਵਿੱਚ ਰਚੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਰਾਗ ਮਾਜ ਵਿੱਚ ਗਾਥਾਂ ਤੇ ਸਹਿਸਕ੍ਰਿਤੀ ਆਪ ਦੀਆਂ ਹੋਰ ਵੱਡੀਆਂ ਤੇ ਪ੍ਰਸਿੱਧ ਬਾਣੀਆਂ ਨੇ ਆਪਨੇ ਗੌੜੀ ਗੁਜਰੀ ਜੈਤ ਸ੍ਰੀ ਰਾਮਕਲੀ ਮਾਰੂ ਤੇ ਬਸੰਤ ਰਾਗ ਵਿੱਚ 6 ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ ਹੈ ਕਿੰਨੀਆਂ ਵਾਰਾਂ ਰਚੀਆਂ ਹਨ ਗੁਰੂ ਅਰਜਨ ਦੇਵ ਜੀ ਨੇ ਪਿਆਰੇ ਬੱਚਿਓ 6 ਅਧਿਆਤਮਿਕ ਵਾਰਾਂ ਇਸ ਤੋਂ ਬਿਨਾ ਫੁਨੇ ਪਹਿਰੇ ਸ਼ਬਦ ਅਸ਼ਟਪਤੀਆਂ ਸ਼ਲੋਕ ਮਦਾਮਨੀ ਤੇ ਚੌ ਬੋਲੇ ਆਪ ਦੀਆਂ ਫੁਟਕਲ ਰਚਨਾਵਾਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ ਹੈ ਹਾਂਜੀ ਕਿੰਨੇ ਰਾਗਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਰਚੀ ਹੋਈ ਹੈ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਅਤੇ ਸ਼ਲੋਕ ਅਸ਼ਟਪਤੀ ਚਪਈ ਸਵੈਆ ਸੂਠਾ ਸ਼ਬਦ ਸ਼ੰਤ ਨਿਸ਼ਾਨੀ ਦੋਹਰਾ ਤਾ ਟੰਗ ਤੋਮਰ ਸਿਰਖੰਡੀ ਆਦ ਸ਼ੰਦਾਂ ਦੀ ਵਰਤੋਂ ਕੀਤੀ ਹੈ ਹਾਂਜੀ ਇਹ ਸਾਰੇ ਸ਼ੰਧ ਹਨ ਜੋ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਵਰਤੇ ਹਨ ਉਪਮਾ ਰੂਪਕ ਅਨੁਪਰਾਸ ਲੋਕੋਕਤੀ ਜਮਕ ਵਿਭਾਵਨਾ ਉਲਾਸ ਦ੍ਰਿਸ਼ਟਾਂਤ ਆਦਲਨਕਾਰਾਂ ਦਾ ਬੜਾ ਕਲਾਮਈ ਪ੍ਰਯੋਗ ਕੀਤਾ ਹੈ ਹਾਂਜੀ ਕਲਾਮਈ ਪ੍ਰਯੋਗ ਕਿਹੜੇ ਕਿਹੜੇ ਅਲੰਕਾਰਾਂ ਦਾ ਕੀਤਾ ਹੈ ਪਿਆਰੇ ਬੱਚਿਓ ਉਪਮਾ ਰੂਪਕ ਅਨੁਪਰਾਸ ਲੋਕੋਕਤੀ ਜਮਕ ਵਿਭਾਵਨਾ ਉਲਾਸ ਦ੍ਰਿਸ਼ਟਾਂਤ हां जी गुरु साहिब ਨੇ ਸ਼ਾਂਤ ਸ਼ਿੰਗਾਰ ਤੇ ਅਦਭੁਤ ਰਸ ਦੀ ਥਾਂ ਪਰ ਥਾਂ ਬੜੀ ਸਯੋਗ ਵਰਤੋਂ ਕੀਤੀ ਹੈ ਹੁਣ ਰਸਾਂ ਦੀ ਵੀ ਗੁਰੂ ਸਾਹਿਬ ਨੇ ਬੜੀ ਹੀ ਸਯੋਗ ਵਰਤੋਂ ਕੀਤੀ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਗਨਾਤਮਕ ਤੇ ਗੁਨਾਤਮਕ ਵਿਸ਼ੇਗਤ ਤੇ ਰੂਪਕ ਰਾਗ ਤੇ ਸੰਗੀਤ ਮਿਠਾਸ ਤੇ ਰਵਾਨੀ ਆਦ ਦਾ ਸਰਵਸ਼੍ਰੇਸ਼ਟ ਨਮੂਨਾ ਹੈ ਸੁਖਮਨੀ ਸਾਹਿਬ ਪ੍ਰਬੰਧ ਕਾਵ ਦਾ ਸ਼ਿਖਰ ਹੈ ਹਾਂਜੀ ਕਿਹੜੀ ਰਚਨਾ ਪ੍ਰਬੰਧ ਕਾਵ ਦਾ ਸ਼ਿਖਰ ਹੈ ਗੁਰੂ ਅਰਜਨ ਦੇਵ ਜੀ ਦੀ ਸੁਖਮਨੀ ਸਾਹਿਬ ਬਾਣੀ ਪਿਆਰੇ ਬੱਚਿਓ ਜੈਤਸਰੀ ਦੀ ਵਾਰ ਵਿੱਚ ਪੂਰਬੀ ਲੈਂਦੀ ਤੇ ਕੇਂਦਰੀ ਤਿੰਨੇ ਭਾਸ਼ਾ ਸ਼ੈਲੀਆਂ ਦਾ ਸਫਲ ਤੇ ਕਲਾਤਮਕ ਪ੍ਰਯੋਗ ਹੋਇਆ ਹੈ ਕਿਹੜੀ ਵਾਰ ਵਿੱਚ ਤਿੰਨੇ ਭਾਸ਼ਾ ਸ਼ੈਲੀਆਂ ਦਾ ਸਫਲ ਪ੍ਰਯੋਗ ਹੋਇਆ ਹੈ ਪਿਆਰੇ ਬੱਚਿਓ ਜੈਤਸਰੀ ਦੀ ਵਾਰ ਵਿੱਚ ਕਿਹੜੀਆਂ ਭਾਸ਼ਾਵਾਂ ਪੂਰਬੀ ਲੈਂਦੀ ਤੇ ਕੇਂਦਰੀ ਆਪਣੀ ਸ਼ੁੱਧ ਤੇ ਠੇਸਟ ਪੰਜਾਬੀ ਵਿੱਚ ਵੀ ਬਾਣੀ ਰਚਨਾ ਕੀਤੀ ਹੈ ਪਰ ਕਿਤੇ ਗਿੱਤੇ ਸਾਧ ਭਾਖਾ ਪ੍ਰਕਿਰਤਿਕ ਸੰਸਕ੍ਰਿਤ ਵਰਜੀ ਤੇ ਲਹਿੰਦੀ ਦਾ ਵੀ ਸੁਮੇਲ ਹੈ ਮਠਾਸ ਰਵਾਨ ਰਵਾਨਗੀ ਤੇ ਸੁਚੱਜੀ ਸ਼ਬਦ ਚੋਣ ਕਾਰਨ ਆਪ ਦੀ ਬਾਣੀ ਸ਼੍ਰੇਸ਼ਟ ਗੁਣਾ ਦੀ ਧਾਰਨੀ ਹੈ ਆਪ ਦੀ ਬਾਣੀ ਦੇ ਕੁਝ ਨਮੂਨੇ ਇਸ ਤਰ੍ਹਾਂ ਹਨ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਜਾ ਕੋ ਮੁਸਕਲ ਅਤ ਬਣੇ ਧੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵਿਭਜ ਖਲੇ ਹੁਣ ਇਸ ਵਿੱਚ ਵੀ ਪਿਆਰੇ ਬੱਚੋ ਉਹਨਾਂ ਦੀ ਬਾਣੀ ਦੇ ਆਪਾਂ ਨੂੰ ਕੁਝ ਸ਼੍ਰੇਸ਼ਟ ਨਮੂਨੇ ਦੇਖਣ ਨੂੰ ਮਿਲਦੇ ਆ ਜਦੋਂ ਦੁਸ਼ਮਣ ਆਪਣੇ ਲਾਗੂ ਹੋ ਜਾਂ ਨੇੜੇ ਆ ਜਾਂ ਮੁਸ਼ਕਲ ਬਹੁਤ ਜ਼ਿਆਦਾ ਬਣ ਜਾਏ ਕੋਈ ਆਸਰਾ ਕੋਈ ਆਸਰਾ ਨਾ ਬਣੇ ਜਿਹੜਾ ਆਪਾਂ ਨੂੰ ਦੇ ਸਕੇ ਤਾਂ ਫਿਰ ਜਦੋਂ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ ਸਭੋ ਭੱਜੇ ਆਸਰੇ ਚੁੱਕੇ ਸਭ ਅਸਰਾਉ ਜੋ ਦੁਸ਼ਮਣ ਨੇੜੇ ਆ ਜਾਂਦੇ ਸਾਰੇ ਆਸਰੇ ਜਿਹੜੇ ਹੁੰਦੇ ਆਪਣੇ ਆ ਇਦਾਂ ਲੱਗਦਾ ਵੀ ਭੱਜ ਗਏ ਹੈ ਆਪਣੇ ਤੋਂ ਦੂਰ ਚਲੇ ਗਏ ਹੈ ਤੇ ਚਿਤ ਆਵੇ ਉਸ ਪਾਰ ਬ੍ਰह्म ਜਦੋਂ ਉਸ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਲੱਗੇ ਨ ਤੱਤੀ ਬਾਉ ਤਾਂ ਸਾਨੂੰ ਤੱਤੀ ਬਾਬ ਹੀ ਨਹੀਂ ਪੋ ਸਕਦੀ ਸ਼ੋ ਸਕਦੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਠਕੀ ਜੀ ਹੋ ਕਦੇ ਨਾ ਬੋਲੇ ਕੋਰਾ ਹਾਂਜੀ ਮੇਰਾ ਪ੍ਰਮਾਤਮਾ ਜਿਹੜਾ ਹਮੇਸ਼ਾ ਮਿੱਠਾ ਬੋਲਣ ਵਾਲਾ ਹੈ ਠੀਕ ਹੈ ਮੈਂ ਉਸ ਕਦੇ ਵੀ ਮੈਂ ਉਸ ਨੂੰ ਦੇਖਿਆ ਤੱਕ ਨਹੀਂ ਕਿ ਕਦੇ ਉਸ ਨੇ ਕੌੜਾ ਤੱਕ ਬੋਲਿਆ ਹੋਵੇਗਾ ਗਰੀਬਾ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰह्म ਸਾ ਅਗਨ ਮੈਂ ਸਾੜੀ ਹਾਂਜੀ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਨੇ ਨਾਟ ਪਦੇ ਸ਼ਬਦ ਪਦੇ ਕਿਸ ਨੂੰ ਕਹਿੰਦੇ ਆ ਪਿਆਰੇ ਬੱਚਿਓ ਸ਼ਬਦ ਤੇ 57 ਸ਼ਲੋਕਾਂ ਵਿੱਚ ਬਾਣੀ ਰਚਨਾ ਕੀਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਮਦਮਾ ਸਾਹਿਬ ਵਿਖੇ ਸੰਕਲਿਤ ਕਰਵਾਇਆ ਜੋ ਬਾਅਦ ਵਿੱਚ ਦਮਦਮੇ ਵਾਲੀ ਬੀੜ ਅਖਵਾਈ ਹਾਂਜੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿੰਨੇ ਹੈ 59 ਸ਼ਬਦਾਂ ਤੇ 57 ਸ਼ਲੋਕ ਹਨ ਕਿੰਨਾ ਨੇ ਦਰਜ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦਰਜ ਕੀਤੀ ਹੈ ਦਮਦਮਾ ਸਾਹਿਬ ਵਿਖੇ ਕਿਸ ਵਿੱਚ ਦਮਦਮੇ ਵਾਲੀ ਬੀੜ ਵਿੱਚ ਜੋ ਬਾਅਦ ਵਿੱਚ ਜਦੋਂ ਬਾਣੀ ਸੰਕਲਿਤ ਕੀਤੀ ਤੋ ਕਿਹੜੀ ਬੀੜ ਅਖਵਾਈ ਪਿਆਰੇ ਬੱਚਿਓ ਦਮਦਮੇ ਵਾਲੀ ਬੀੜ ਆਪ ਦੁਆਰਾ ਰਚਿਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਦੇ ਅੰਤਰਗੰਥ ਸੰਕਲਿਤ ਕੀਤੀ ਗਈ ਹੈ ਕਿੰਨੇ ਰਾਗਾਂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਪਿਆਰੇ ਬੱਚਿਓ 15 ਰਾਗਾਂ ਵਿੱਚ ਰਾਗ ਜੈਜਾਵੰਤੀ ਵਿੱਚ ਸਿਰਫ ਆਪ ਦੁਆਰਾ ਹੀ ਬਾਣੀ ਬਾਣੀ ਦੀ ਰਚਨਾ ਕੀਤੀ ਗਈ ਹੈ ਕਿਹੜੇ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਚਨਾ ਕੀਤੀ ਹੈ ਜੋ ਸਿਰਫ ਗੁਰੂ ਤੇਗ ਬਹਾਦਰ ਜੀ ਨੇ ਉਹ ਰਾਗ ਵਰਤਿਆ ਹੈ ਜੈਜਾਵੰਤੀ ਰਾਗ ਹੈ ਪਿਆਰੇ ਬੱਚਿਓ ਆਪ ਦੀ ਬਾਣੀ ਬਰਾਗ ਕਰੋਨਾ ਅਤੇ ਜੀਵਨ ਦੀ ਅਸਮਾਨਤਾ ਦਾ ਪ੍ਰਭਾਵਸ਼ਾਲੀ ਚਿੱਤਰਣ ਕਰਦੀ ਹੋਈ ਸੰਸਾਰਕ ਪਤਾਰਥਾਂ ਤੇ ਲੋਭ ਲਾਲਚ ਨੂੰ ਤਿਆਗ ਕੇ ਪ੍ਰਭੂ ਦੇ ਸੱਚੇ ਮਾਰਗ ਉੱਪਰ ਚੱਲਣ ਦਾ ਸੰਦੇਸ਼ ਦਿੰਦੀ ਹੈ ਹੁਣ ਪਿਆਰੇ ਬੱਚਿਓ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਰਾਗ ਤੇ ਕਰੂਨਾ ਤੇ ਜੀਵਨ ਦੀ ਅਸਮਾਨਤਾ ਦਾ ਪ੍ਰਭਾਵਸ਼ਾਲੀ ਚਿੱਤਰਣ ਕਰਦੀ ਹੈ ਤੇ ਜਿਹੜੇ ਸੰਸਾਰ ਵਿੱਚ মোহ ਮਾਇਆ ਲਾਲਚ ਹੈ ਉਸ ਨੂੰ ਤਿਆਗ ਕੇ ਕਿਸੇ ਰਸਤੇ ਤੇ ਚੱਲਣ ਦਾ ਸੰਦੇਸ਼ ਦਿੰਦੀ ਆ ਆਪਾਂ ਨੂੰ ਸੱਚੇ ਰਸਤੇ ਤੇ ਚੱਲਣ ਦਾ ਸੰਦੇਸ਼ ਦਿੰਦੀ ਆ ਆਪ ਦੀ ਬਾਣੀ ਸ਼ੁੱਧ ਹਿੰਦੀ ਵਿੱਚ ਹੈ ਹਾਂਜੀ ਹੁਣ ਆਪ ਦੀ ਬਾਣੀ ਕਿਸ ਭਾਸ਼ਾ ਵਿੱਚ ਹੈ ਸ਼ੁੱਧ ਹਿੰਦੀ ਵਿੱਚ ਹੈ ਪਰ ਉਸ ਉੱਪਰ ਪੰਜਾਬੀ ਦਾ ਪਰਤੱਖ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਬਾਣੀ ਦਾ ਨਮੂਨਾ ਇਸ ਪ੍ਰਕਾਰ ਹੈ ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਹਾਂਜੀ ਜੇ ਆਪਾਂ ਨੂੰ ਜੱਗ ਕਿਸ ਤਰ੍ਹਾਂ ਹੈ ਜਿਸ ਤਰ੍ਹਾਂ ਆਪਣਾ ਸੁਪਨਾ ਹੈ ਸੁਪਨੇ ਦੇ ਸਮਾਨ ਕੇ ਇਸ ਤਰ੍ਹਾਂ ਹੈ ਜੱਗ ਹੈ ਇਨ ਵਿੱਚ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਹੁਣ ਇਸ ਵਿੱਚ ਕੁਛ ਵੀ ਸੱਚਾ ਨਹੀਂ ਹੀ ਹੈ ਠੀਕ ਹੈ ਉਸ ਰੱਬ ਤੋਂ ਬਿਨਾ ਜਗ ਰਚਨਾ ਸਭ ਝੂਠ ਹੈ ਜਾਨ ਲੇ ਰੇ ਮੀਤ ਹਾਂਜੀ ਜਗ ਰਚਨਾ ਸਭ ਝੂਠ ਹੈ ਜਾਨ ਲੇਓ ਰੇ ਮੀਤ ਹਾਂਜੀ ਸਾਨੂੰ ਇਹ ਇਹ ਜਿਹੜੀ ਰਚਨਾ ਹੈ ਸੰਸਾਰ ਦੀ ਇਹ ਸਾਰੀ ਕੀ ਹੈ ਝੂਠ ਹੈ ਇਹ ਮੇਰੇ ਮਿੱਤਰੇ ਮੇਰੇ ਪਿਆਰੇ ਮੀਤੇ ਤੂੰ ਜਾਣ ਲੈ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੇ ਪੀਤ ਕਹਿੰਦੇ ਇੱਥੇ ਕੁਛ ਵੀ ਸਥਿਰ ਨਹੀਂ ਲੈਂਦਾ ਜਿਸ ਤਰ੍ਹਾਂ ਇੱਕ ਬਾਲੂ ਦੀ ਰੇਤ ਦੀ ਕੱਢੀ ਹੋਈ ਕੰਧ ਹੈ ਉਹ ਸਥਿਰ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਆਪਣਾ ਜੀਵਨ ਵੀ ਇੱਥੇ ਸੰਸਾਰ ਵਿੱਚ ਸਥਿਰ ਨਹੀਂ ਹੈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਪੈ ਕਾ ਹੂ ਕੋ ਦੇਤ ਨਾ ਨਾ ਪਹਿਮਾਨਤ ਆਨ ਕਉ ਨਾਨਕ ਸੁਨ ਰੇ ਮਨਾ ਗਿਆਨੀ ਤੈ ਬਖਾਨ ਹਾਂਜੀ ਉਹ ਜਿਹੜੇ ਪੈ ਮੰਨਦੇ ਨਹੀਂ ਕਿਸੇ ਦਾ ਡਰ ਮੰਨਦੇ ਨਹੀਂ ਨਾ ਹੀ ਕਿਸੇ ਨੂੰ ਡਰਾਉਂਦੇ ਆ ਨਾ ਹੀ ਕਿਸੇ ਨੂੰ ਡਰ ਦਿੰਦੇ ਹੈ ਉਹੀ ਅਸਲ ਵਿੱਚ ਗਿਆਨੀ ਹਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਅਧਿਆਤਮਿਕ ਆਗੂ ਹੋਣ ਦੇ ਨਾਲ-ਨਾਲ ਉੱਤਮ ਦਰਜੇ ਦੇ ਸਹਿਤਕਾਰ ਵੀ ਸਨ ਕੀ ਸਨ ਗੁਰੂ ਗੋਬਿੰਦ ਸਿੰਘ ਜੀ ਅਧਿਆਤਮਿਕ ਮਹਾਨ ਅਧਿਆਤਮਿਕ ਆਗੂ ਹੋਂ ਦੇ ਨਾਮ ਨਾਲ ਉੱਤਮ ਦਰਜੇ ਦੇ ਸਹਿਤਕਾਰ ਵੀ ਸਨ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੁਆਰਾ ਰਚਿਤ ਗੁਰੂ ਤੇਗ ਬਹਾਦਰ ਜੀ ਦੇ ਨਾਂ ਹੇਠ ਦਰਜ ਸ਼ਲੋਕਾਂ ਵਿੱਚੋਂ ਸ਼ਲੋਕ ਨੰਬਰ 54 ਹੈ ਹਾਂਜੀ ਕਿੰਨਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਦਵਾਨਾਂ ਅਨੁਸਾਰ ਜਿਹੜਾ ਸ਼ਲੋਕ ਨੰਬਰ 54 ਹੈ ਗੁਰੂ ਤੇਗ ਬਹਾਦਰ ਜੀ ਦੇ ਨਾਂ ਹੇਠ ਦਰਜ ਜਿਹੜੇ ਸ਼ਲੋਕ ਹੈ ਉਹਨਾਂ ਵਿੱਚ ਸ਼ਲੋਕ ਨੰਬਰ 54 ਹੈ ਉਹ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਸ਼ਲੋਕ ਨੰਬਰ 53 ਦੇ ਪ੍ਰਤੀ ਉੱਤਰ ਵਿੱਚ ਰਚਿਆ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਦੀ ਵਾਰ ਤੇ ਇੱਕ ਖਿਆਲ ਮਿੱਤਰ ਪਿਆਰੇ ਨੂੰ ਦੋ ਹੀ ਰਚਨਾਵਾਂ ਪੰਜਾਬੀ ਵਿੱਚ ਰਚੀਆਂ ਗਈਆਂ ਹਨ। ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿੰਨੀਆਂ ਰਚਨਾਵਾਂ ਪਿਆਰੇ ਬੱਚਿਓ ਪੰਜਾਬੀ ਵਿੱਚ ਰਚੀਆਂ ਗਈਆਂ ਹਨ? ਚੰਡੀ ਦੀ ਵਾਰ ਤੇ ਇੱਕ ਖਿਆਲ ਹੈ ਮਿੱਤਰ ਪਿਆਰੇ ਨੂੰ। ਬਾਕੀ ਸਾਰੀਆਂ ਰਚਨਾਵਾਂ ਬਰਜ ਭਾਸ਼ਾ ਵਿੱਚ ਹਨ ਜੋ ਦਸ਼ਮ ਗ੍ਰੰਥ ਵਿੱਚ ਦਰਜ ਹਨ ਹਾਂਜੀ ਬਾਕੀ ਸਾਰੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਹਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿਆਰੇ ਬੱਚਿਓ ਬਰਜ ਭਾਸ਼ਾ ਵਿੱਚ ਕਿੱਥੇ ਕਿਸ ਵਿੱਚ ਦਰਜ ਹਨ ਜੋ ਦਸ਼ਮ ਗ੍ਰੰਥ ਵਿੱਚ ਦਰਜ ਹਨ ਚੰਡੀ ਦੀ ਵਾਰ ਸਰਵ ਸ਼੍ਰੇਸ਼ਟ ਵੀਰ ਰਸੀ ਵਾਰ ਦਾ ਦਰਜਾ ਰੱਖਦੀ ਹੈ ਇਸ ਨੂੰ ਪਗੋਤੀ ਦੀ ਵਾਰ ਵੀ ਕਿਹਾ ਜਾਂਦਾ ਹੈ ਇਸ ਵਾਰ ਦੀ ਕਥਾ ਮਾਰਕੰਡੇ ਪੁਰਾਣ ਵਿੱਚ ਦਰਜ ਪੁਰਾਣਿਕ ਕਥਾ ਦੁਰਗਾ ਤੇ ਦੈਂਤਾ ਦੀ ਲੜਾਈ ਉੱਪਰ ਆਧਾਰਿਤ ਹੈ। ਹਾਂਜੀ ਮਾਰਕੰਡੇ ਪੁਰਾਣ ਵਿੱਚ ਜਿਹੜੀ ਇਹਦੀ ਕਥਾ ਹੈਗੀ ਹੈ ਮਾਰਕੰਡੇ ਪੁਰਾਣ ਵਿੱਚ ਦਰਜ ਪੁਰਾਣਿਕ ਕਥਾ ਦੁਰਗਾ ਤੇ ਦੈਂਤਾ ਦੀ ਲੜਾਈ ਉੱਪਰ ਆਧਾਰਿਤ ਹੈ। ਦੁਰਗਾ ਨੂੰ ਇੱਥੇ ਚੰਡੀ ਭਾਵ ਸ਼ਕਤੀ ਦੇ ਪ੍ਰਤੀਕ ਵਜੋਂ ਸਿਰਜ ਕੇ ਬੀਰ ਰਸੀ ਭਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਵਾਰ ਦੀਆਂ 55 ਪੌੜੀਆਂ ਹਨ। ਨਿਸ਼ਾਨੀ ਤੇ ਸਿਰਖੰਡੀ ਛੰਦ ਦੀ ਸਫਲਤਾ ਸਫਲ ਵਰਤੋਂ ਕੀਤੀ ਆ। ਹਾਂਜੀ ਕਿਹੜੇ ਦੋ ਛੰਦ ਵਰਤੇ ਹੋਏ ਨੇ ਨਾ ਨਿਸ਼ਾਨੀ ਤੇ ਸਿਰਖੰਡੀ ਕਿੰਨੀਆਂ ਪੌੜੀਆਂ ਹਨ ਪਿਆਰੇ ਬੱਚਿਓ 55 ਪੌੜੀਆਂ ਹਨ। ਨਮੂਨਾ ਵੇਖਣ ਯੋਗ ਹੈ ਸੱਟ ਪਈ ਜਮਦਾਨੀ ਦਲਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਿਆਂ ਤੋਂ ਚੰਡੀ ਰਾਖ ਖਾਣੀ ਵਾਹੀ ਦੈਤ ਨੂੰ ਕੋਪਰ ਚੁਰ ਜਵਾਨੀ ਲੱਥੀ ਕਰਗ ਲੈ ਪਖਰ ਤੁਨਾ ਪਲਾਨੀ ਰੜ ਕੀ ਧਰਤ ਜਾਏ ਲੈਂਦੀ ਅਗਾ ਸੰਧਾਨੀ ਸਿੰਘਾਂ ਤੋਲਦੇ ਆ ਕੁਰਮ ਸਿਰ ਲਿਹਾਨੀ ਦੁਸ਼ਮਨ ਮਾਰ ਕੇ ਹਾਂਜੀ ਬੀਰ ਰਸੀ ਦਾ ਉੱਤਮ ਨਮੂਨਾ ਗੁਰਗੋਬਿੰਦ ਸਿੰਘ ਜੀ ਦੁਆਰਾ ਰਚੀ ਚੰਡੀ ਦੀ ਵਾਰ ਹੈ ਇਸ ਵਾਰ ਤੋਂ ਬਿਨਾ ਖਿਆਲ ਰੂਪ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣ ਵਾਲਾ ਸ਼ਬਦ ਵੀ ਗੁਰੂ ਸਾਹਿਬ ਦੀ ਪੰਜਾਬੀ ਰਚਨਾ ਦਾ ਸ਼੍ਰੇਸ਼ਟ ਨਮੂਨਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨੇ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰਡੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਆਪ ਦੁਆਰਾ ਰਚਿਤ ਬੋਧੀ ਬਾਣੀ ਵਰਜ ਭਾਸ਼ਾ ਵਿੱਚ ਹੈ ਜੋ ਦਸ਼ਮ ਗ੍ਰੰਥ ਵਿੱਚ ਦਰਜ ਹੈ ਹਾਂਜੀ ਉਹਨਾਂ ਦੀ ਬਾਣੀ ਕਿਸ ਗ੍ਰੰਥ ਵਿੱਚ ਦਰਜ ਹੈ ਪਿਆਰੇ ਬੱਚਿਓ ਦਸ਼ਮ ਗ੍ਰੰਥ ਵਿੱਚ ਕਿਹੜੀ ਭਾਸ਼ਾ ਵਿੱਚ ਹੈ ਬੋਧੀ ਬਾਣੀ ਰਚੀ ਹੋਈ ਵਰਜ ਭਾਸ਼ਾ ਵਿੱਚ ਇਸ ਵਿੱਚ ਸ਼ਾਮਲ ਪ੍ਰਮੁੱਖ ਬਾਣੀਆਂ ਇਸ ਤਰ੍ਹਾਂ ਹਨ ਜਾਪ ਅਕਾਲ ਉਸਤਤ ਬਚਿਤ੍ਰਨਾਟਕ ਚੰਡੀ ਚਰਿਤਰ ਉਕਤੀ ਵਿਲਾਸ ਚੰਡੀ ਚਰਿਤਰ ਦੂਜਾ ਵਾਰ ਸ਼੍ਰੀ ਭਗੋਤੀ ਜੀ ਕੀ ਗਿਆਨ ਪ੍ਰਬੋਧ 24 અવਤਾਰ ਸਵਈਆ ਖਾਲਸਾ ਮਹਿਮਾ ਚਰਿਤ੍ਰ ਉਪਖਿਆਨ ਸ਼ਸਤਰਨਾਮਾ ਮਾਲਾ ਅਤੇ ਜਫਰਨਾਮਾ ਜਾਪ ਸਾਹਿਬ ਦਸ਼ਮ ਗ੍ਰੰਥ ਦੇ ਆਰੰਭ ਵਿੱਚ ਦਰਜ ਬਾਣੀ ਹੈ ਹਾਂਜੀ ਕਿਹੜੀ ਬਾਣੀ ਹੈ ਜੋ ਦਸ਼ਮ ਗ੍ਰੰਥ ਦੇ ਆਰੰਭ ਵਿੱਚ ਦਰਜ ਹੈ ਜਾਪ ਸਾਹਿਬ ਇਸ ਦੇ ਕੁੱਲ 199 ਬੰਧ ਹਨ ਅਤੇ 22 ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ ਹਾਂਜੀ ਕਿੰਨੇ ਬੰਧ ਹਨ ਇਸ ਵਿੱਚ 199 ਕਿੰਨੇ ਛੰਦਾਂ ਦਾ ਪ੍ਰਯੋਗ ਹੈ 22 ਛੰਦਾਂ ਦਾ ਇਹ ਬਾਣੀ ਪਰਮਾਤਮਾ ਦੀ ਸਿਫਤ ਕਰਦੀ ਹੈ ਹਾਂਜੀ ਪਰਮਾਤਮਾ ਨੂੰ 735 ਵਿਸ਼ੇਸ਼ ਜਾਂ ਕਰਮ ਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ ਇਸ ਬਾਣੀ ਵਿੱਚ ਅਕਾਲ ਉਸ ਉਸਤਤ ਜਾਪ ਸਾਹਿਬ ਵਰਗੀ ਹੀ ਬਾਣੀ ਹੈ ਇਸ ਵਿੱਚ ਅਕਾਲ ਪੁਰਖ ਦੇ ਉਸ ਵੱਲੋਂ ਪੈਦਾ ਕੀਤੇ ਗਏ ਸ੍ਰਿਸ਼ਟੀ ਦੇ ਪਸਾਰੇ ਦੀ ਮਹਿਮਾ ਕੀਤੀ ਗਈ ਹੈ ਤੇ ਇਸ ਵਿੱਚ 171 ਛੰਦ ਹਨ ਅਤੇ ਅੰਤ ਵਿੱਚ ਅੱਧਾ ਛੰਦ ਇਸ ਬਾਣੀ ਵਿੱਚ ਬ੍ਰਿਜ ਭਾਸ਼ਾ ਦੇ ਨਾਲ-ਨਾਲ ਪੂਰਬੀ ਹਿੰਦੀ ਦਾ ਵੀ ਪ੍ਰਯੋਗ ਹੈ ਹਾਂਜੀ ਬ੍ਰਿਜ ਭਾਸ਼ਾ ਦੇ ਨਾਲ-ਨਾਲ ਕਿਹੜੀ ਕਿਹੜੀ ਭਾਸ਼ਾ ਦਾ ਪ੍ਰਯੋਗ ਹੈ ਪੂਰਬੀ ਹਿੰਦੀ ਦਾ ਵੀ ਪ੍ਰਯੋਗ ਹੈ ਤਰਵੈ ਪ੍ਰਸਾਦ ਸਵਈਏ ਵੀ ਇਸ ਬਾਣੀ ਵਿੱਚ ਹੀ ਆਉਂਦੇ ਹਨ ਇਹ ਜਿਨ੍ਹਾਂ ਦੀ ਗਿਣਤੀ 10 ਹੈ ਹਾਂਜੀ ਹਾਂਜੀ ਕਿਹੜੇ ਤ੍ਰੇ ਪ੍ਰਸਾਦ ਸਵਈਏ ਕਿਹੜੀ ਬਾਣੀ ਵਿੱਚ ਆਉਂਦੇ ਆ ਅਕਾਲ ਉਸਤਤ ਵਿੱਚ ਦੋ 10 ਹਨ ਜਿਨ੍ਹਾਂ ਦੀ ਗਿਣਤੀ 10 ਹੈ ਇਹਨਾਂ ਨੂੰ ਨਿਤਨੇਮ ਵਿੱਚ ਸ਼ਾਮਲ ਹੋਣ ਕਾਰਨ ਸੁਦਾ ਸਵਈਏ ਵੀ ਆਖਿਆ ਜਾਂਦਾ ਹੈ ਇਸ ਤੋਂ ਬਿਨਾ ਗੁਰੂ ਸਾਹਿਬ ਦੀਆਂ ਅਰਦਾਸ ਗੁਰੂ ਸਾਹਿਬ ਦੀ ਅਰਦਾਸ ਰੂਪ ਵਿੱਚ ਰਚੀ ਬਾਣੀ ਚਉਪਈ ਸਾਹਿਬ ਵੀ ਇਸ ਵਿੱਚ ਦਰਜ ਹੈ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਨਿਤਨੇਮ ਅਤੇ ਰਹਿਰਾਸ ਸਾਹਿਬ ਵਿੱਚ ਵੀ ਸ਼ਾਮਲ ਹੈ ਚਉਪਈ ਸਾਹਿਬ ਵਿੱਚ 25 ਚਉਪਈਆਂ ਸੰਕਲਿਤ ਕੀਤੀਆਂ ਗਈਆਂ ਹਨ ਜੋ ਪਰਮਾਤਮਾ ਨੂੰ ਸ੍ਰਿਸ਼ਟੀ ਦੇ ਪ੍ਰਸਾਰੇ ਦਾ ਮੂਲ ਵਿਸਥਾਰ ਅਤੇ ਕਰਨ ਧਾਰ ਸਿੱਧ ਕਰਦੇ ਹਨ ਹਾਂਜੀ ਇਥੇ ਚਉਪਈ ਸਾਹਿਬ ਹੈ ਬਾਣੀ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਨਿਤਨੇਮ ਅਤੇ ਰਹਿਰਾਸਾ ਵਿੱਚ ਵੀ ਸ਼ਾਮਲ ਹੈ। ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਵੀ ਹੈ ਤੇ ਰਹਿਰਾਸਾ ਵਿੱਚ ਵੀ ਸ਼ਾਮਲ ਹੈ। ਬਚਿੱਤਰਨਾਟਕ ਦਸ਼ਮ ਗ੍ਰੰਥ ਦੀ ਇੱਕ ਵੱਡ ਆਕਾਰੀ ਬਿਰਤਾਂਤਕ ਰਚਨਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਕਥਾ ਨੂੰ ਆਤਮਕਥਾ ਰੂਪ ਵਿੱਚ ਕਾਬ ਬਧ ਕੀਤਾ ਗਿਆ ਬਚਿੱਤਰਨਾਟਕ ਆਤਮਕਥਾ ਜੋ ਪੂਰਬਲੇ ਜਨਮ ਦੀ ਹੈ। ਉਸ ਵਿੱਚ ਕਾਬ ਬੱਧ ਕੀਤਾ ਗਿਆ ਇਹ ਰਚਨਾ ਕਿੰਨੇ ਅਧਿਆਇਾਂ ਵਿੱਚ ਹੈ ਪਿਆਰੇ ਬੱਚਿਓ 14 ਅਧਿਆਇਾਂ ਵਿੱਚ ਵੰਡੀ ਹੋਈ ਹੈ ਇਸ ਵਿੱਚ 471 ਸ਼ੰਦਾਂ ਤੇ ਭਾਸ਼ਾ ਵਰਜ ਹੈ ਇਸ ਦਾ ਘਟਨਾ ਕਾਲ 1696-97 ਤੱਕ ਪਹੁੰਚਦਾ ਹੈ ਇਸ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਪਹਿਲੇ 30 ਵਰਿਆਂ ਦਾ ਵਰਣਨ ਕੀਤਾ ਹੋਇਆ ਮਿਲਦਾ ਹੈ ਚੰਡੀ ਚਰਿੱਤਰ 24 ਅਵਤਾਰ ਅਤੇ ਬ੍ਰਹਮਾ ਰੁਦਰ ਅਵਤਾਰ ਦੇ ਪ੍ਰਸੰਗ ਵੀ ਇਸ ਰਚਨਾ ਵਿੱਚ ਸ਼ਾਮਲ ਹਨ ਚੰਡੀ ਚਰਿਤ੍ਰ ਉਪਤੀ ਵਿਲਾਸ ਤੇ ਵਾਰ ਦੁਰਗਾ ਕੀ ਦੋ ਹੋਰ ਪ੍ਰਸਿੱਧ ਬਾਣੀਆਂ ਹਨ ਹਾਂਜੀ ਗੁਰੂ ਸਾਹਿਬ ਦੀਆਂ ਦੋ ਹੋਰ ਕਿਹੜੀਆਂ-ਕਿਹੜੀਆਂ ਬਾਣੀਆਂ ਪ੍ਰਸਿੱਧ ਹਨ ਪਿਆਰੀ ਬੱਚਿਓ ਚੰਡੀ ਚਰਿਤ੍ਰ ਉਪਤੀ ਵਿਲਾਸ ਤੇ ਵਾਰ ਦੁਰਗਾ ਕੀ ਚੰਡੀ ਚਰਿਤ੍ਰ ਸੰਸਕ੍ਰਿਤ ਦੀ ਪ੍ਰਸਿੱਧ ਰਚਨਾ ਦੁਰਗਾ ਸ਼ਤਸ਼ਤੀ ਦਾ ਖੁੱਲਾ ਕਾਵਨ ਵਾਧ ਹੈ ਜੋ ਮਾਰਕੰਡੇ ਪੁਰਾਨ ਦੇ 81 ਤੋਂ 94 ਅਧਿਆਵਾਂ ਵਿੱਚ ਅੰਕਿਤ ਹੈ हां जी मार्कंडे पुराण ਦੇ ਕਿੰਨੇ ਅਧਿਆਇ ਅਧਿਆਵਾਂ ਵਿੱਚ ਅੰਕਿਤ ਹੈ 81 ਤੋਂ 94 ਵਿੱਚ ਇਸ ਵਿੱਚ ਦੇਵੀ ਦੁਰਗਾ ਦੀ ਕਥਾ ਦਾ ਬਿਆਨ ਹੈ ਇਸ ਕਥਾ ਦੇ 700 ਸ਼ਲੋਕ ਹਨ ਜੋ 8 ਅਧਿਆਇ ਤੇ ਤੇ 233 ਬੰਦਾ ਨਹੀਂ ਬਿਆਨ ਕੀਤੇ ਗਏ ਹਨ ਕਿੰਨੇ ਸ਼ਲੋਕ ਹਨ ਪਿਆਰੇ ਬੱਚਿਓ 700 ਕਿੰਨੇ ਅਧਿਆਇ ਵਿੱਚ 8 ਅਧਿਆਵਾਂ ਵਿੱਚ ਤੇ 233 ਬੰਦਾ ਨਹੀਂ ਬਿਆਨ ਕੀਤੇ ਗਏ ਹਨ ਸ਼ਬਦ ਤੇ ਸਵੇਏ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਉਸਤਤ ਆਤੇ ਵਹਿਮਾ ਭਰਮਾ ਦਾ ਖੰਡਨ ਕੀਤਾ ਹੈ ਜਫਰਨਾਮਾ ਆਪ ਦੀ ਪ੍ਰਸਿੱਧ ਫਾਰਸੀ ਰਚਨਾ ਹੈ ਜੋ ਔਰੰਗਜ਼ੇਬ ਦੀ ਸ਼ਾਈ ਚਿੱਠੀ ਦੇ ਉੱਤਰ ਵਜਿ ਰਲਿਖੀ ਗਈ ਹੈ ਇਸ ਵਿੱਚ ਬੀਰਤਾ ਨਿੱਡਰਤਾ ਅਤੇ ਸਵੈ ਵਿਸ਼ਵਾਸ ਦੇ ਨਾਲ ਔਰੰਗਜ਼ੇਬ ਨੂੰ ਲਾਂਤਾਂ ਪਾਈਆਂ ਗਈਆਂ ਹਨ ਹਾਂਜੀ ਜਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖੀ ਹੋਈ ਰਚਨਾ ਹੈ ਪਿਆਰੇ ਬੱਚਿਓ ਫਾਰਸੀ ਭਾਸ਼ਾ ਵਿੱਚ ਇਹ ਇੱਕ ਸ਼ਾਹੀ ਚਿੱਠੀ ਦੇ ਰੂਪ ਵਿੱਚ ਹੈ ਜੋ ਔਰੰਗਜ਼ੇਬ ਨੂੰ ਲਿਖੀ ਗਈ ਹੈ ਤੇ ਇਸ ਵਿੱਚ ਗੁਰੂ ਸਾਹਿਬ ਨੇ ਬੀਰਤਾ ਨਿੱਡਰਤਾ ਤੇ ਸਹਿ ਵਿਸ਼ਵਾਸ ਨਾਲ ਸਵੈ ਵਿਸ਼ਵਾਸ ਦੇ ਨਾਲ ਔਰੰਗਜ਼ੇਬ ਨੂੰ ਲਾਨਤਾਂ ਪਾਈਆਂ ਹਨ ਦਸ਼ਮ ਗ੍ਰੰਥ ਵਿੱਚ ਦਰਜ ਆਪ ਦੀ ਸਮੁੱਚੀ ਬਾਣੀ ਆਪ ਦੀ ਸ਼్రేష్ਟ ਕਾ ਪ੍ਰਤਿਭਾ ਤੇ ਸ਼ਖਸੀਅਤ ਵਿੱਚ ਵਿਦਮਾਨ ਗੁਨਾ ਨੂੰ ਸਹਕਾਰ ਕਰਦੀ ਹੈ ਗੁਰਮਤ ਕਾਵਤਾਰਾ ਦੇ ਕੁਝ ਹੋਰ ਕਵੀ ਗੁਰਮਤ ਕਾਵਤਾਰਾ ਇਸ ਕਾਲ ਦੀ ਸਭ ਤੋਂ ਪ੍ਰਮੁੱਖ ਕਾਵਤਾਰਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਦ ਗ੍ਰੰਥ ਦਾ ਸੰਪਾਦਨ ਇਸ ਕਾਵਤਾਰਾ ਨੂੰ ਇਸ ਕਾਲ ਦੀ ਮੋਢੀ ਕਾਵਤਾਰਾ ਬਣਾਉਂਦਾ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ 36 ਮਹਾਪੁਰਖਾਂ 36 ਮਹਾਪੁਰਖਾਂ ਵਿੱਚ 6 ਗੁਰੂ ਸਾਹਿਬਾਨ 15 ਭਗਤ 11 ਭਟ ਅਤੇ 4 ਗੁਰਸਿੱਖ ਦੀ ਬਾਣੀ ਗੁਰਮਤ ਕਾਵਤਾਰਾ ਦੇ ਅਧੀਨ ਵਿਚਾਰੀ ਜਾਂਦੀ ਹੈ ਇਸ ਕੜੀ ਅੰਦਰ ਅਸੀਂ 6 ਗੁਰੂ ਸਾਹਿਬਾਨ ਤੋਂ ਬਾਅਦ 6 ਗੁਰੂ ਸਾਹਿਬਾਨ ਆਪਾਂ ਪੜ ਚੁੱਕੇ ਆ ਪਿਆਰੇ ਬੱਚਿਓ ਤੇ ਹੁਣ ਆਪਾਂ 15 ਭਗਤਾਂ 11 ਭਟਾਂ ਤੇ 4 ਗੁਰਸਿੱਖਾਂ ਦੀ ਬਾਣੀ ਸੰਬੰਧੀ ਸੰਖੇਪ ਚਰਚਾ ਇਸ ਬਿੰਦੂ ਅਧੀਨ ਕਰਾਂਗੇ ਪਕਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਪਕਤਾਂ ਦੀ ਬਾਣੀ ਸੰਕਲਿਤ ਕੀਤੀ ਗਈ ਹੈ ਜੋ ਕੁੱਲ 31 ਰਾਗਾਂ ਵਿੱਚੋਂ ਕਿੰਨੇ ਰਾਗਾਂ ਵਿੱਚ ਹੈ 22 ਰਾਗਾਂ ਅਧੀਨ ਅੰਕਿਤ ਹੈ ਪਕਤਾਂ ਦੇ ਸਾਰੇ ਸ਼ਬਦ 349 ਹਨ ਅਤੇ ਇਸ ਵਿੱਚ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਵੀ ਹਨ ਜਿਨ੍ਹਾਂ ਦਾ ਕੁੱਲ ਜੋੜ 352 ਬਣਦਾ ਹੈ ਭਗਤ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ ਹਾਂਜੀ ਪਿਆਰੇ ਬੱਚਿਓ ਪਕਤਾਂ ਕਿੰਨੇ ਪਕਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ 15 ਪਕਤਾਂ ਦੀ ਤੇ ਇਹਨਾਂ ਦੇ ਕਿੰਨੇ ਰਾਗਾਂ ਵਿੱਚ ਹੈ ਬਾਣੀ ਇਹਨਾਂ ਦੀ 22 ਰਾਗਾਂ ਵਿੱਚ ਤੇ ਇਹਨਾਂ ਦੇ ਕਿੰਨੇ ਸ਼ਬਦ ਹਨ 349 ਤੇ ਕੁੱਲ ਜੋੜ ਕਿੰਨਾ ਹੈ ਇਹਨਾਂ ਸ਼ਬਦਾਂ ਦਾ 352 ਕਿਉਂ 352 ਬਣਦਾ ਕਿਉਂਕਿ ਤਿੰਨ ਸ਼ਬਦ ਹੈ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਵੀ ਇਸ ਵਿੱਚ ਸ਼ਾਮਲ ਹਨ ਹਾਂਜੀ ਸ਼ਬਦਾਂ ਦਾ ਵੇਰਵਾ ਪੜ੍ਹਦੇ ਹਾਂ ਪਿਆਰੇ ਬੱਚਿਓ ਕਿਹੜੇ ਭਗਤ ਦੇ ਕਿੰਨੇ ਸ਼ਬਦ ਹਨ ਕਬੀਰ ਜੀ 224 ਨਾਮਦੇਵ ਜੀ ਦੇ 68 ਸ਼ਬਦ ਹਨ ਰਵਿਦਾਸ ਜੀ ਦੇ 40 ਤਰਲੋਚਨ ਜੀ ਦੇ 4 ਫਰੀਜ ਜੀ ਦੇ 4 ਬੈਣੀ ਜੀ ਦੇ ਤੇ ਧੰਨਾ ਜੀ ਦੇ 3 ਹਨ 3-3 ਹਨ ਦੋਨਾਂ ਦੇ ਜੈਦੇਵ ਜੀ ਦੇ ਤੇ ਭੀਖਣ ਜੀ ਦੇ 2-2 ਸ਼ਬਦ ਸ਼ਾਮਿਲ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸੂਰਦਾਸ ਜੀ ਦੀ ਇੱਕ ਸਿਰਫ ਇੱਕ ਤੁਕ ਹੈ ਪਰਮਾਨੰਦ ਜੀ ਸੈਨ ਜੀ ਪੀਪਾ ਜੀ ਸਦਨਾ ਜੀ ਰਾਮਾਨੰਦ ਜੀ ਇਹਨਾਂ ਦੇ ਇੱਕ-ਇੱਕ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਗੁਰੂ ਅਰਜਨ ਦੇਵ ਜੀ ਦੇ ਤਿੰਨ ਤੇ ਟੋਟਲ ਜੋੜ ਐਨ 552 ਹੈ 349 ਇੰਨਾ ਪੱਤਾਂ ਦੇ ਹਨ ਤੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹਨ ਸ਼ਲੋਕ ਵੀਰਵਾ ਕਬੀਰ ਜੀ ਦੇ 243 ਸ਼ਲੋਕ ਹਨ ਗੁਰੂ ਠੀਕ ਹੈ ਜੀ ਕੁਝ ਗੁਰੂ ਸਹਿਬਾਨਾਂ ਦੇ ਵੀ ਹਨ ਫਰੀਦ ਜੀ ਦੇ 130 वैसे फ्रीज जी ਦੇ 112 ਸ਼ਲੋਕ ਹਨ 130 ਕਿਵੇਂ ਹਨ ਇਹਦੇ ਵਿੱਚ 18 ਸ਼ਲੋਕ ਗੁਰੂ ਸਹਿਬਾਨ ਦੇ ਵੀ ਸ਼ਾਮਲ ਹਨ ਭਗਤ ਕਬੀਰ ਜੀ ਦੀਆਂ ਗੌੜੀ ਰਾਗ ਵਿੱਚ ਤਿੰਨ ਬਾਣੀਆਂ ਹਨ ਹਾਂਜੀ ਭਗਤ ਕਬੀਰ ਜੀ ਦੀਆਂ ਕਿਹੜੇ ਰਾਗ ਵਿੱਚ ਤਿੰਨ ਬਾਣੀਆਂ ਹਨ ਪਿਆਰੇ ਬੱਚਿਓ ਗੌੜੀ ਰਾਗ ਵਿੱਚ ਹੁਣ ਆਪਾਂ ਦੇਖਦੇ ਹਾਂ ਤਿੰਨ ਬਾਣੀਆਂ ਕਿਹੜੀਆਂ ਹਨ 52 ਅਖਰੀ 15 ਥਿਤੀ ਤੇ ਸਤਵਾਰ ਇਹ ਤਿੰਨ ਬਾਣੀਆਂ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦੀਆਂ ਹਨ ਮਿਲਦੀਆਂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਵਾਰਾਂ ਦੇ ਨਾਲ ਵੀ ਚਾਰਸ਼ ਲੋਕ ਆਏ ਹਨ ਭਗਤ ਬਾਣੀ ਦੇ ਨਮੂਨੇ ਇਸ ਪ੍ਰਕਾਰ ਹਨ ਗगन दमामा बाजेओ ਪਰਿਓ ਨਿਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬਜੂ ਜਣ ਕੋ ਧਾਓ ਸੁਰਾ ਸੋ ਪਹਿਚਾਨੀਓ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾੜੇ ਖੇਤ ਇਹ ਪਕਤ ਕਬੀਰ ਜੀ ਦੀ ਹੈ ਹਾਂਜੀ ਇਸ ਤਰ੍ਹਾਂ ਸਾਰੇ ਭਗਤਾਂ ਦੀ ਬਾਣੀ ਇਸ ਵਿੱਚ ਸ਼ਾਮਲਾ ਉਹਨਾਂ ਦੇ ਵਿੱਚ ਉਹਨਾਂ ਦੀਆਂ ਬਾਣੀਆਂ ਦੀਆਂ ਤੁਕਾਂ ਦਿੱਤੀਆਂ ਹੋਈਆਂ ਹਿੰਦੂ ਉਹਨਾਂ ਤੁਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਇਸ ਪ੍ਰਕਾਰ ਪਿਆਰੇ ਬੱਚਿਓ ਉਹਨਾਂ ਦੀਆਂ ਤੁਕਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਗੋਪਾਲ ਤੇਰਾ ਆਰਤਾ ਜੋ ਧਨ ਤੁਮਰੀ ਜੋ ਜਨ ਤੁਮਰੀ ਭਗਤ ਕਰੇਂਦੇ ਤਿਨਕੇ ਕਾਜ ਸਵਾਰਤਾ ਭਗਤ ਧੰਨਾ ਜੀ ਦੀ ਇਹ ਲਾਈਨਾਂ ਭਗਤ ਧੰਨਾ ਜੀ ਦੀਆਂ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਕਰੰਤੇ ਤਿਨਕੇ ਕਾਜ ਸਵਾਰਤਾ ਹਾਂਜੀ गोपाल ਦਾ ਪਰਮਾਤਮਾ ਦੀ ਆਰਤੀ ਉਤਾਰੀ ਹੈ ਵੀ ਜਿਹੜੇ ਭਗਤ ਤੇਰਾ ਨਾਮ ਸਿਮਰਦੇ ਹਨ ਉਹਨਾਂ ਦੇ ਤੁਸੀਂ ਆਪ ਸਵਾਰਦੇ ਹੋ ਕਾਰਜ ਜੋ ਉਹਨਾਂ ਦੇ ਕੰਮ ਹੁੰਦੇ ਆ ਪਟਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 11 ਪਟ ਕਵੀਆਂ ਹਾਂਜੀ ਕਿੰਨੇ ਪਟ ਹੈ ਦੀ ਬਾਣੀ ਸ਼ਾਮਿਲ ਹੈ ਪਿਆਰੇ ਬੱਚਿਓ 11 ਪਟ ਇਹਨਾਂ ਵਿੱਚ ਉਹਨਾਂ ਦੇ ਨਾਮ ਹਨ ਕਲਸਾਰ ਜਲ ਕੀਰਤ ਪਿਖਾ ਸਲ ਪਲ ਨਲ ਬਲ ਗਿਆਨਦ ਮਥੁਰਾ ਅਤੇ ਹਰਬੰਸ ਜੀ ਦੇ 123 ਸਵਈਏ ਸੰਕਲਿਤ ਹਨ ਕਿਨੇ ਸਵਈਏ 123 ਸਵਈਏ ਜੋ 21 ਪੰਨਿਆਂ 399 ਤੋਂ 1409 ਤੱਕ ਇਹਨਾਂ ਦੀ ਗੁਰੂਗ੍ਰਾਂਦ ਸਾਹਿਬ ਵਿੱਚ ਇੰਨੇ ਪੰਨਿਆਂ ਤੱਕ ਇਹਨਾਂ ਦੀ ਬਾਣੀ ਹੈ ਉੱਪਰ ਦਰਜਾ ਹੈ ਇਹਨਾਂ ਨੂੰ 5 ਸਰਲੇਖ ਅਧੀਨ ਦਰਜ ਕੀਤਾ ਗਿਆ ਕਿੰਨੇ ਸਰਲੇਖ ਅਧੀਨ ਇਹਨਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਪਿਆਰੇ ਬੱਚਿਓ 5 ਸਰਲੇਖ ਅਧੀਨ ਸਵਈਏ ਪਹਿਲੇ ਕੇ ਮਹੱਲੇ ਪਹਿਲੇ ਕੇ ਮਹੱਲੇ ਦੂਜੇ ਕੇ ਤੀਜੇ ਕੇ ਮਹੱਲੇ ਚੌਥੇ ਕੇ ਮਹੱਲੇ ਪੰਜਵੇਂ ਕੇ ਹਾਂਜੀ ਇਹਨਾਂ ਨੂੰ ਇਹਨਾਂ ਸਰਲੇਖਾਂ ਦੇ ਅਧੀਨ ਦਰਜ ਕੀਤਾ ਗਿਆ ਸਵਈਏ ਮਹੱਲੇ ਪਹਿਲੇ ਕੇ ਸਵਈਏ ਮਹੱਲੇ ਦੂਜੇ ਕੇ ਮਹੱਲੇ ਤੀਜੇ ਕੇ ਸਵਈਏ ਮਹੱਲੇ ਚੌਥੇ ਕੇ ਸਵਈਏ ਮਹੱਲੇ ਪੰਜਵੇਂ ਕੇ ਇਹਨਾਂ ਪਟ ਕਵੀਆਂ ਨੇ ਕਈ ਛੰਦ ਕਿਹੜੇ-ਕਿਹੜੇ ਛੰਦ ਵਰਤਿਆਣ ਪੜਦੇ ਆ ਸਵਈਆ ਸੋਠਾ ਚੁਪਈ ਕੁੰਡਲੀ ਦੋਰਾ ਰੱਡ ਝੋਲਣਾ ਛੱਪੇ ਆਦ ਵਰਤੇ ਹਨ ਵਿਦਵਾਨਾਂ ਅਨੁਸਾਰ ਇਹ ਪਟ ਕਵੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਬਾਹਰੋਂ ਆਏ ਜਗਿਆਸੂ ਸਨ ਜਿਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਕੇ ਉਸ ਦੀ ਪ੍ਰਸ਼ੰਸਾ ਆਪਣੀ ਰਚਨਾ ਰਾਹੀਂ ਪੇਸ਼ ਕੀਤੀ ਸੀ ਇਹ ਕਿਹੜੇ ਸੀ ਪਟ ਕਵੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਏ ਜਗਿਆਸੂ ਸਨ ਜਿਨ੍ਹਾਂ ਨੇ ਸਿੱਖ ਧਰਮ ਨੂੰ ਅਪਣਾਇਆ ਤੇ ਫਿਰ ਉਸ ਦੀ ਪ੍ਰਸ਼ੰਸਾ ਕੀਤੀ ਪਟਾਂ ਦੇ ਸਵਈਏ ਸਤੋਤਰ ਕਾਵਦੀ ਬਣ ਗਈ ਜੋ ਗੁਰੂਆਂ ਦੀ ਪ੍ਰਸ਼ੰਸਾ ਦੇ ਨਾਲ ਨਾਲ ਦਾਰਸ਼ਨਿਕ ਵਿਚਾਰਾਂ ਤੇ ਪਛਾਈ ਨੁਪੁੰਤਾ ਪੱਖੋਂ ਵੀ ਵਰਣਨਯੋਗ ਹਨ ਪਟ ਕਵੀਆਂ ਦਾ ਨਮੂਨਾ ਵੇਖਣ ਯੋਗ ਹੈ ਹਾਂਜੀ ਇਹਨਾਂ ਨੇ ਵੀ ਜਿਹੜੀ ਬਾਣੀ ਰਚੀ ਹੈ ਉਹਨਾਂ ਦੀਆਂ ਤੁਕਾਂ ਵੀ ਆਪਾਂ ਨੂੰ ਮਿਲਦੀਆਂ ਹਨ ਸੋ ਕਹੋ ਟਲ ਗੁਰਸੇਵੀਏ ਐਨ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹਾਂਜੀ ਐਵੇਂ ਇਹਨਾਂ ਦੀਆਂ ਵੀ ਆਪਾਂ ਨੂੰ ਗੁਰਬਾਣੀ ਦੀਆਂ ਤੁਕਾਂ ਮਿਲਦੀਆਂ ਹਨ ਹੁਣ ਸੋ ਕਹੋ ਟਲ ਗੁਰਸੇਵੀਏ ਕਿ ਹਟਾਲ ਕਲਸ ਕਲਸ ਹਾਰ ਦਿਨ ਰਾਤ ਉਸ ਪ੍ਰਮਾਤਮਾ ਦਾ ਨਾਮ ਸੇ ਸਿਮਰ ਸੈਜ ਸੁਭਾਏ ਅਡੋਲ ਅਡੋਲ ਆਫਸਤਾ ਆ ਜਾਏਗੀ ਉਸ ਪ੍ਰਮਾਤਮਾ ਨਾਲ ਪ੍ਰੇਮ ਕਰ ਦਰਸ਼ਨ ਪਰਸ ਕੇ ਉਸ ਪ੍ਰਮਾਤਮਾ ਦੇ ਦਰਸ਼ਨ ਕਰਨ ਨਾਲ ਸਾਡੇ ਜਨਮ ਮਰਨ ਦੇ ਦੁੱਖਾਂ ਤੋਂ ਦੁੱਖ ਕੱਟੇ ਜਾਣਗੇ ਜਨਮ ਮਨ ਦੇ ਦੁੱਖ ਸਾਡੇ ਦੁਨੀਆ ਤੋਂ ਕੱਟੇ ਜਾਣਗੇ ਇਸ ਤਰ੍ਹਾਂ ਇਹਨਾਂ ਦੀਆਂ ਵੀ ਕਈ ਤੁਕਾਂ ਮਿਲਦੀਆਂ ਹਨ ਫਿਰ ਅੱਗੇ ਪਿਆਰੇ ਬੱਚਿਓ ਗੁਰਸਿੱਖਾਂ ਦੀ ਬਾਣੀ ਹੁਣ ਆਪਾਂ ਭਗਤਾਂ ਦੀ 15 ਭਗਤਾਂ ਦੀ ਪੜ ਚੁੱਕੇ ਆ 11 ਪੱਟਾਂ ਦੀ ਪੜ ਚੁੱਕੇ ਆ ਹੁਣ ਗੁਰਸਿੱਖਾਂ ਦੀ ਕਿੰਨੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰਸਿੱਖਾਂ ਦੀ ਬਾਣੀ ਹੈ ਗੁਰਸਿੱਖਾਂ ਦੀ ਬਾਣੀ ਦੀਨ ਚਾਰ ਗੁਰਸਿੱਖਾਂ ਜੋ ਗੁਰੂ ਘਰ ਦੇ ਨਿਕਟ ਵਰਤੀ ਸਨ ਦੀ ਬਾਣੀ ਵਿਚਾਰੀ ਜਾਂਦੀ ਹੈ ਇਸ ਵਿੱਚ ਭਾਈ ਮਰਦਾਨਾ ਜੀ ਬਾਬਾ ਸੁੰਦਰ ਜੀ ਰਾਏ ਬਲਵੱਡ ਤੇ ਸੱਤਾਰ ਵਾਬੀ ਆਉਂਦੇ ਹਨ ਹਾਂਜੀ ਕਿਹੜੇ ਗੁਰਸੇਖ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਿਆਰੀ ਬੱਚਿਓ ਮਰਦਾਨਾ ਜੀ ਬਾਬਾ ਸੁੰਦਰ ਜੀ ਰਾਏ ਬਲਵੱਡ ਤੇ ਸੱਤਾਰ ਵਾਬੀ ਆਉਂਦੇ ਹਨ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਕੌਣ ਸਨ ਪਿਆਰੇ ਬੱਚਿਓ ਸਭ ਨੂੰ ਪਤਾ ਹੈ ਨਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਮਿੱਤਰ ਅਤੇ ਅਨੰਦ ਸਿੱਖ ਸਨ ਗੁਰੂ ਸਾਹਿਬ ਦੀਆਂ ਉਦਾਸੀਆਂ ਦੇ ਦੌਰਾਨ ਉਹ ਉਹਨਾਂ ਦੇ ਅੰਗ ਸੰਗ ਰਹੇ ਅਤੇ ਗੁਰਬਾਣੀ ਉਚਾਰਨ ਸਮੇਂ ਆਪਣੀ ਰਬਾਬ ਦੀਆਂ ਧੁਨਾ ਨਾਲ ਅਲੌਕਿਕ ਵਾਤਾਵਰਨ ਵੀ ਸਿਰਜਦੇ ਸਨ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਪੱਕੇ ਮਿੱਤਰ ਸਨ ਤੇ ਜਦੋਂ ਉਹਨਾਂ ਨੇ ਚਾਰ ਉਦਾਸੀਆਂ ਕੀਤਿਆਂ ਤੇ ਉਹਨਾਂ ਦੇ ਨਾਲ ਰਹੇ ਸਨ ਰੁਬਾਬ ਵਜਾਉਂਦੇ ਸਨ ਤੇ ਕਿਹੋ ਜਿਹਾ ਵਾਤਾਵਰਣ ਸਿਰਜ ਦਿੰਦੇ ਸਨ ਆਪਦੀਆਂ ਰੁਬਾਬ ਦੀਆਂ ਧੁਨਾ ਨਾਲ ਅਲੌਕਿਕ ਵਾਤਾਵਰਣ ਸਿਰਜ ਦਿੰਦੇ ਸਨ ਬਿਹાગੜੀ ਦੀ ਵਾਰ ਵਿੱਚ ਪੌੜੀ 12 ਦੇ ਨਾਲ ਭਾਈ ਮਰਦਾਨਾ ਜੀ ਦੇ ਸ਼ਲੋਕ ਅੰਕਿਤ ਹੋਣ ਬਾਰੇ ਵਿਦਵਾਨਾਂ ਵੱਲੋਂ ਆਪਣਾ ਮਤ ਪ੍ਰਗਟ ਕੀਤਾ ਜਾਂਦਾ ਹੈ ਜੋ ਇਸ ਤਰ੍ਹਾਂ ਹੈ ਹਾਂਜੀ ਕਿਹੜੇ ਕਿਹੜੀ ਵਾਰ ਨਾਲ ਮਰਦਾਨਾ ਜੀ ਦੇ ਸ਼ਲੋਕ ਹੋਣ ਬਾਰੇ ਵਿਦਵਾਨਾਂ ਵੱਲੋਂ ਮਤ ਪ੍ਰਗਟ ਕੀਤਾ ਜਾ ਰਿਹਾ ਹੈ ਬੇਹਾਗੜੇ ਦੀ ਵਾਰ ਵਿੱਚ ਪੌੜੀ 12 ਦੇ ਨਾਲ ਸ਼ਲੋਕ ਮਰਦਾਨਾ ਪਹਿਲਾ ਕ੍ਰੋਧ ਕਟੋਰੀ ਮੋਹ ਪਰੀ ਪੀਲਾਵਾ ਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਅਤੇ ਕਾਇਆ ਲਾਹਨ ਆਪ ਮਦ ਮਜਲਸ ਤ੍ਰਿਸ਼ਨਾਤਾ ਆਤਮਨਸ ਕਾ ਕਟੋਰੀ ਕੂੜ ਪਰਿ ਪਲਾਏ ਜਮਕਾਲ ਇਤ ਮਦ ਪੀਤੇ ਨਾਨਕਾ ਬਹੁਤੇ ਖਟਿਆ ਬੇਕਾਰ ਇਹਨਾਂ ਤੁਕਾਂ ਵਿੱਚ ਨਾਨਕਾ ਦਾ ਪ੍ਰਯੋਗ ਹਾਂ ਸੋ ਇਸ ਕਾਰਨ ਵਿਦਵਾਨਾਂ ਦਾ ਮਤ ਹੈ ਕਿ ਇਹਨਾਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਹੋਵੇਗੀ ਹੁਣ ਵਿਦਵਾਨਾਂ ਦਾ ਕਿਉਂ ਇਸ ਦੇ ਨਾਲ ਹੈ ਮਤ ਕਿ ਗੁਰੂ ਨਾਨਕ ਦੇਵ ਜੀ ਨੇ ਹੀ ਇਹਨਾਂ ਦੀ ਰਚਨਾ ਕੀਤੀ ਹੋਵੇਗੀ ਕਿਉਂਕਿ ਇਹਨਾਂ ਤੁਕਾਂ ਵਿੱਚ ਨਾਨਕਾ ਦਾ ਪ੍ਰਯੋਗ ਹੋਇਆ ਇਸ ਲਈ ਵਿਦਵਾਨ ਮੰਨਦੇ ਹਨ ਕਿ ਇਹਨਾਂ ਸ਼ਲੋਕਾਂ ਦੀ ਵੀ ਰਚਨਾ ਕਿੰਨਾ ਨੇ ਕੀਤੀ ਹੋ ਸਕਦੀ ਹੈ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੋ ਸਕਦੀ ਹੈ ਬਾਬਾ ਸੁੰਦਰ ਜੀ ਹੁਣ ਬਾਬਾ ਸੁੰਦਰ ਜੀ ਬਾਬਾ ਸੁੰਦਰ ਜੀ ਤੀਜੇ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ ਹਾਂਜੀ ਕੌਣ ਸਨ ਬਾਬਾ ਸੁੰਦਰ ਜੀ ਅਮਰਦਾਸ ਜੀ ਦੇ ਪੜਪੋਤੇ ਉਹਨਾਂ ਦੀ ਇੱਕ ਇੱਕ ਰਚਨਾ ਸੱਦ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ ਇਸ ਬਾਣੀ ਦੀਆਂ 6 ਪੌੜੀਆਂ ਹਨ ਸੱਦ ਤੋਂ ਭਾਵ ਹੈ ਪ੍ਰਭੂ ਵੱਲੋਂ ਬਲਾਵਾ ਹੁਣ ਪਿਆਰੇ ਬੱਚਿਓ ਪਤਾ ਲੱਗ ਗਿਆ ਨਾ ਸੱਦ ਤੋਂ ਕੀ ਭਾਵ ਹੈ ਪ੍ਰਭੂ ਵੱਲੋਂ ਬਲਾਵਾ ਇਸ ਦੀਆਂ ਕਿੰਨੀਆਂ ਪੌੜੀਆਂ ਹਨ ਸੱਦ ਦੀਆਂ 6 ਪੌੜੀਆਂ ਹਨ ਤੇ ਬਾਬਾ ਸੁੰਦਰ ਜੀ ਦੀ ਇੱਕੋ ਇੱਕ ਰਚਨਾ ਉਸ ਦਾ ਨਾਮ ਕੀ ਹੈ ਸਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ ਤੇ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪਰਪੋਤੇ ਸਨ ਇਹ ਰਚਨਾ ਪ੍ਰਾਣੀ ਦੀ ਮਰਤੂ ਦੇ ਮੌਕੇ ਤੇ ਉਚਾਰੀ ਜਾਂਦੀ ਹੈ ਜਦੋਂ ਮੌਤ ਹੋ ਜਾਂਦੀ ਹੈ ਮਨੁੱਖ ਦੀ ਉਸ ਟਾਈਮ ਸਦ ਉਚਾਰੀ ਜਾਂਦੀ ਹੈ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਸ ਲੋਕ ਕਾਵ ਨੂੰ ਸਾਧਰਾਹੀ ਗੁਰੂ ਅਮਰਦਾਸ ਜੀ ਦੇ ਉਪਦੇਸ਼ ਨੂੰ ਪ੍ਰਗਟ ਕੀਤਾ ਗਿਆ ਸਦ ਉਹ ਲੋਕ ਕਾਵ ਰੂਪ ਹੈ ਜਿਸ ਵਿੱਚ ਵਿਛੜੇ ਹੋਏ ਪਿਆਰੇ ਦੀ ਯਾਦ ਵਿੱਚ ਸੋਗ ਦੀਆਂ ਲਾਈਆਂ ਜਾਂਦੀਆਂ ਹਨ ਹੁਣ ਕਿਹੜਾ ਕਾਵ ਰੂਪ ਹੈ ਸਾਧ ਪਿਆਰੇ ਬੱਚਿਓ ਉਹ ਕਾਵ ਰੂਪ ਹੈ ਜਿਹੜੇ ਵਿਛੜੇ ਹੋਏ ਪਿਆਰੇ ਦੀ ਯਾਦ ਵਿੱਚ ਸੁੱਗੀ ਏਕਾਂ ਦੁੱਖ ਵਿੱਚ ਏਕ ਲਗਾਈ ਜਾਂਦੀ ਹੈ ਇਹ ਰਚਨਾ ਰਾਮਕਲੀ ਰਾਗ ਅੰਦਰ ਦਰਜ ਹੈ ਇਸ ਬਾਣੀ ਦਾ ਨਮੂਨਾ ਇਸ ਤਰ੍ਹਾਂ ਹੈ ਕਿਹੜੇ ਰਾਗ ਵਿੱਚ ਦਰਜ ਹੈ ਪਿਆਰੇ ਬਚੁਰ ਰਾਮਕਲੀ ਰਾਗ ਵਿੱਚ ਸਾਦ ਕਿਹੜੇ ਰਾਗ ਵਿੱਚ ਦਰਜ ਹੈ ਰਾਮਕਲੀ ਰਾਗ ਵਿੱਚ ਕਿੰਨਾਂ ਨੇ ਲਿਖੀ ਹੋਈ ਆ ਬਾਬਾ ਸੁੰਦਰ ਜੀ ਨੇ ਮੇਰੇ ਸਿੱਖ ਸਨੂਪਤ ਭਾਈਓ ਮੇਰੇ ਹਰ ਭਾਣਾ ਆਉ ਮੈਂ ਪਾਸ ਜੀਉ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਉ ਪਖਤ ਸਤਗੁਰਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖਿਓ ਕਰ ਨਿਰਜਾਸ ਜੀਓ ਧੁਰ ਲਿਖਿਆ ਪਰਵਾਨਾ ਫਿਰੇ ਨਾਹੀ ਗੁਰਜਾਈ ਹਰ ਪ੍ਰਭ ਪਾਸ ਜੀਓ ਹਾਂਜੀ ਇਹ ਸਦ ਦੇ ਸੱਤ ਦਾ ਰੂਪ ਹੈ ਪਿਆਰੇ ਬੱਚਿਓ ਜੋ ਸੁੰਦਰ ਬਾਬਾ ਸੁੰਦਰ ਜੀ ਨੇ ਲਿਖੀ ਹੋਈ ਹੈ ਰਾਏ ਬਲਵੱੜ ਤੇ ਸੱਤ ਰਬਾਬੀ ਸੱਤ ਤੇ ਬਲਵੱੜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਡੂਮ ਰਾਸੀ ਸਨ ਹੁਣ ਰਾਏ ਬਲਵੱੜ ਤੇ ਸੱਤ ਰਬਾਬੀ ਕੌਣ ਸਨ ਪਿਆਰੇ ਬੱਚਿਓ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਡੂਮ ਜਮ ਰਾਸੀ ਸਨ ਇਹਨਾਂ ਦੋਹਾਂ ਦੇ ਨਾਂ ਨਾਲ ਸੰਬੰਧਿਤ ਰਾਮਕਲੀ ਰਾਗ ਵਿੱਚ ਰਚਿਤ ਵਾਰ ਰਾਏ ਬਲਵੱੜ ਤੱਥਾ ਸੱਤੇ ਡੂਮ ਆਖੀ ਹੁਣ ਇਹਨਾਂ ਦੀ ਵਾਰ ਦਾ ਕੀ ਨਾਮ ਹੈ ਰਾ ਬਾ ਰਾਈ ਬਲਵੱਡ tatha ਸੱਤੇ ਢੂ ਮਾਖੀ ਕਿਹੜੇ ਰਾਗ ਵਿੱਚ ਹੈ RAMKALI RAAG ਵਿੱਚ ਕਿਹੜੇ ਰਾਗ ਵਿੱਚ ਹੈ RAMKALI RAAG ਵਿੱਚ ਹੈ ਇੱਕ ਮਾਫੀ ਨਾਮੇ ਦੇ ਰੂਪ ਵਿੱਚ ਹੈ ਇਹ ਵਾਰ ਮਾਫੀ ਨਾਮੇ ਦੇ ਰੂਪ ਵਿੱਚ ਉਚਰਤ ਹੈ ਵਾਰ ਇਸ ਦੀਆਂ ਕੁੱਲ 8 ਪੌੜੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀਆਂ 3 ਪੌੜੀਆਂ ਬਲਵੱਡ ਅਤੇ ਅਖੀਰਲੀਆ ਪੰਜ ਸੱਤੇ ਦੁਆਰਾ ਰਚੀਆਂ ਗਈਆਂ ਹਨ ਇਸ ਵਾਰ ਵਿੱਚ ਗੁਰੂ ਵਿਕਤੀਆਂ ਦੀ ਉਸਤਤ ਤੇ ਹੋਰ ਸੰਸਥਾਗਤ ਮਸਲੇ ਜਿਵੇਂ ਸਯੋਗ ਉਤਰ ਅਧਿਕਾਰੀ ਦੀ ਚੋਣ ਆਦਿ ਬਾਰੇ ਇਤਿਹਾਸਿਕ ਪ੍ਰਮਾਣ ਮਿਲਦੇ ਹਨ ਇਸ ਵਿੱਚ ਗੁਰੂਆਂ ਲਈ ਪਹਿਲੀ ਵਾਰੀ ਸੱਚੇ ਪਾਤਸ਼ਾਹ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਹੁਣ ਹੁਣ ਕਿੰ나 ਦੀ ਦੋਵਾਰ ਹੈ ਮਾਫੀ ਨਾਮੇ ਦੇ ਰੂਪ ਵਿੱਚ ਵਾਰ ਹੈ ਬਲਵੱਡ ਤੇ ਸੱਤਾ ਜੀ ਦੀ ਵਾਰ ਦਾ ਕੀ ਨਾਮ ਹੈ ਵਾਰ ਰਾਏ ਬਲਵੱਡ tatha ਸੱਤੇ ਢੂਮ ਆਖੀ ਹੈ ਇਹਨਾਂ ਦੀਆਂ ਤੇ ਕਿੰਨੀਆਂ ਪੌੜੀਆਂ ਹਨ ਅੱਠ ਪੌੜੀਆਂ ਹਨ ਪਹਿਲੀਆਂ ਤਿੰਨ ਪੌੜੀਆਂ ਕਿੰਨਾਂ ਨੇ ਉਚਾਰੀਆਂ ਹਨ ਬਾਬਾ ਬਲਵੱਡ ਜੀ ਨੇ ਰਾਏ ਬਲਵੱਡ ਜੀ ਨੇ ਅਤੇ ਜਿਹੜੀਆਂ ਅਗਲੀਆਂ ਪੰਜ ਕਿੰਨਾਂ ਨੇ ਸੱਤਾ ਜੀ ਨੇ ਉਚਾਰੀਆਂ ਹਨ ਹਾਂਜੀ ਇਹਦੇ ਵਿੱਚ ਇੱਕ ਸ਼ਬਦ ਹੈ ਪਹਿਲੀ ਵਾਰ ਆਇਆ ਸੱਚੇ ਪਾਤਸ਼ਾਹ ਸ਼ਬਦ ਕਿਸ ਦੀ ਵਰਤੋਂ ਪਹਿਲੀ ਵਾਰ ਕਿਹੜੇ ਸ਼ਬਦ ਦੀ ਹੋਈ ਹੈ ਪਾਰੇ ਵਿੱਚੋਂ ਸੱਚੇ ਪਾਤਸ਼ਾਹ ਸ਼ਬਦੀ ਦੀ ਇਸ ਵਿੱਚ ਪਹਿਲੀ ਵਾਰ ਵਰਤੋਂ ਹੋਈ ਹੈ ਜੋ ਉਸ ਸਮੇਂ ਗੁਰੂ ਘਰ ਦੇ ਪ੍ਰਭਾਵ ਦੀ ਦੱਸ ਪਾਉਂਦਾ ਹੈ ਇਸ ਵਾਰ ਵਿੱਚ ਲੀਆਂ ਕੁਝ ਪੰਕਤੀਆਂ ਵੇਖਣਯੋਗ ਹਨ ਹਾਂਜੀ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਛੱਟਿਏ ਤੁਰ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟਿਏ ਭਾਈ ਗੁਰਦਾਸ ਜੀ ਇਹਨਾਂ ਦੇ ਜਨਮ ਅਨੁਮਾਨਿਤ ਹੈ 1543 ਤੋਂ 1637 ਸਵੀ ਤੱਕ ਭਾਈ ਗੁਰਦਾਸ ਜੀ ਨੂੰ ਗੁਰੂ ਘਰ ਦੇ ਵੇਦ ਵਿਆਸ ਤੇ ਸਿੱਖੀ ਦੇ ਪਹਿਲੇ ਵਿਆਖਿਆਕਾਰ ਹੋਣ ਦਾ ਮਾਣ ਹਾਸਲ ਹੈ ਹਾਂਜੀ ਭਾਈ ਗੁਰਦਾਸ ਜੀ ਨੂੰ ਗੁਰੂ ਘਰ ਦੇ ਵੇਦ ਵਿਆਸ ਤੇ ਸਿੱਖੀ ਦੇ ਪਹਿਲੇ ਵਿਆਖਿਆਕਾਰ ਹੋਣ ਦਾ ਮਾਣ ਹਾਸਲ ਹੈ ਆਪ ਜੀ ਤੀਜੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ ਆਦ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਲਖਾਰੀ ਦਾ ਕਾਰਜ ਆਪ ਦੁਆਰਾ ਕੀਤਾ ਗਿਆ ਹੁਣ ਉਹਨਾਂ ਦੀ ਸੇਵਾ ਕਿਹੜੇ ਗੁਰੂ ਤੋਂ ਲੈ ਕੇ ਕਿਹੜੇ ਗੁਰੂ ਤੱਕ ਹੈ ਪਿਆਰੇ ਬੱਚਿਓ ਗੁਰੂ ਅਮਰਦਾਸ ਜੀ ਤੋਂ ਲੈ ਕੇ ਤੀਜੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਐ ਫਿਰ ਉਹਨਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਦੋਂ ਹੋਈ ਤਾਂ ਲਿਖਾਰੀ ਦਾ ਕਾਰਜ ਕਿੰਨਾਂ ਦੇ ਹਿੱਸੇ ਆਇਆ ਸੀ ਭਾਈ ਗੁਰਦਾਸ ਜੀ ਦੇ ਭਾਈ ਕੇਸਰ ਸਿੰਘ ਜੀ ਬਿ ਅਨਸਾਰ ਭਾਈ ਗੁਰਦਾਸ ਦਾ ਜਨਮ ਗੁਰੂ ਅਮਰਦਾਸ ਜੀ ਦੇ ਚਾਚੇ ਦੇ ਪੁੱਤਰ ਈਸ਼ਰਦਾਸ ਦੇ ਘਰ ਪਿੰਡ ਗਿੱਲ ਵਾਲੀ ਵਿੱਚ ਹੋਇਆ ਸੀ ਕਿੰਨਾਂ ਦੇ ਘਰ ਹੋਇਆ ਸੀ ਗੁਰੂ ਅਮਰਦਾਸ ਜੀ ਦੇ ਚਾਚੇ ਦੇ ਪੁੱਤਰ ਈਸ਼ਰਦਾਸ ਦੇ ਘਰ ਪਿੰਡ ਕਿਹੜਾ ਸੀ ਗਿੱਲ ਵਾਲੀ ਵਿੱਚ ਹੋਇਆ ਸੀ ਆਪ ਦੀਆਂ ਜਨਮ ਨਾਲ ਸੰਬੰਧਿਤ ਮੀਤੀਆਂ ਬਾਬਤ ਵਿਦਵਾਨਾਂ ਦੇ ਵੱਖ-ਵੱਖ ਨਾਮ ਹਨ ਹੁਣ ਕਿਹੜੇ ਕਿਹੜੇ ਵਿਦਵਾਨਾਂ ਦੇ ਅਨੁਮਾਨ ਹਨ ਉਹਨਾਂ ਦੇ ਜਨਮ ਸੰਬੰਧੀ ਜਿਹੜੀਆਂ ਮਿਤੀਆਂ ਹਨ ਤਰੀਕਾ ਹਨ ਉਹਨਾਂ ਦੇ ਸੰਬੰਧੀ ਵਿਦਵਾਨਾਂ ਦੇ ਅਨੁਮਾਨ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਆਪ ਦਾ ਜੀਵਨ ਕਾਲ 1543 ਈਸਵੀ ਤੋਂ 1637 ਈਸਵੀ ਤੱਕ ਮੰਨਦੇ ਹਨ ਪਾਈ ਗੁਰਦਾਸ ਜੀ ਨੇ ਪੰਜਾਬੀ ਅਤੇ ਦੋਵਾਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ ਹੈ ਕਿਹੜੀਆਂ ਭਾਸ਼ਾਵਾਂ ਵਿੱਚ ਪਾਈ ਗੁਰਦਾਸ ਜੀ ਨੇ ਰਚਨਾ ਕੀਤੀ ਹੈ ਪੰਜਾਬੀ ਵਿੱਚ ਵੀ ਤੇ ਬਰਜ ਭਾਸ਼ਾ ਵਿੱਚ ਵੀ ਪੰਜਾਬੀ ਵਿੱਚ ਆਪਣੀ 39 ਵਾਰਾਂ ਅਤੇ ਬਰਜ ਭਾਸ਼ਾ ਵਿੱਚ ਕੁੱਲ 675 ਕਾਬ ਬੰਦਾਂ ਜਿਨ੍ਹਾਂ ਵਿੱਚੋਂ 648 ਕਵਿਤ ਤਿੰਨ ਸਵਈਏ ਅੱਠ ਦੋਰੇ ਅੱਠ ਸੋਠੇ ਅਤੇ ਅੱਠ ਸ਼ੰਤ ਸ਼ਾਮਲ ਹੈ ਦੀ ਰਚਨਾ ਕੀਤੀ ਹੈ ਹਾਂਜੀ ਹੁਣ ਭਾਈ ਗੁਰਦਾਸ ਜੀ ਦੀ ਰਚਨਾ ਕਿਹੜੀਆਂ ਦੋ ਭਾਸ਼ਾਵਾਂ ਵਿੱਚ ਹੈ ਪੰਜਾਬੀ ਤੇ ਬਰਜ ਭਾਸ਼ਾ ਵਿੱਚ ਹੈ ਪੰਜਾਬੀ ਵਿੱਚ ਕਿਹੜੀ ਰਚਨਾ ਕੀਤੀ ਹੈ 39 ਵਾਰਾਂ ਤੇ ਬਰਜ ਭਾਸ਼ਾ ਵਿੱਚ 600 75 ਕਾਵੰਦਾਂ ਦੀ ਰਚਨਾ ਕੀਤੀ ਹੈ ਇਹ ਉਹਨਾਂ ਦਾ ਇਹਨਾਂ ਵਿੱਚੋਂ 648 ਕਵਿ ਤਿੰਨ ਸਵਈਏ ਤੇ 8 2800 ਤੇ 8 ਸ਼ਾਂਤ ਸ਼ਾਮਲ ਹਨ 800 ਰੁਠੇ 8 ਦੋਰੇ ਤੇ 8 ਸ਼ਾਂਤ ਸ਼ਾਮਲ ਦੀ ਹਨ ਭਾਈ ਗੁਰਦਾਸ ਜੀ ਦੇ ਮੁੱਢਲੇ ਤੌਰ ਤੇ ਵਾਰਕਾਰ ਹਨ ਪੌੜੀ ਛੰਦ ਵਿੱਚ ਰਚੀਆਂ ਉਹਨਾਂ ਦੀਆਂ ਵਾਰਾਂ ਵਿੱਚ ਦੋ ਪਰਵਿਰਤੀਆਂ ਪ੍ਰਤੱਖ ਹੁੰਦੀਆਂ ਹਨ ਜੀਵਨੀ ਮੂਲਕ ਵੇਰਵੇ ਅਤੇ ਵਿਚਾਰਧਾਰਾ ਦੇ ਤੇ ਸੰਧਾਨਤ ਦੀ ਵਿਆਖਿਆ ਦੋਵਾਂ ਪ੍ਰਵਿਰਤੀਆਂ ਨੂੰ ਸਿੱਖ ਧਰਮ ਦੀ ਵਿਲੱਖਣਤਾ ਦੇ ਪ੍ਰਭਾਵ ਅਧੀਨ ਹੀ ਸਿਰਜਿਆ ਸਿਰਜੀਆਂ ਗਈਆਂ ਹੈ ਹਾਂਜੀ ਭਾਈ ਗੁਰਦਾਸ ਜੀ ਦੀ ਭਾਈ ਗੁਰਦਾਸ ਜੀ ਮੁਢਲੇ ਤੌਰ ਤੇ ਕੀ ਹਨ ਵਾਰਕਰ ਹਨ ਪੌਰੀ ਸ਼ੰਦ ਵਿੱਚ ਰਚੀਆਂ ਉਹਨਾਂ ਦੀਆਂ ਵਾਰਾਂ ਉਹਨਾਂ ਦੀਆਂ ਵਾਰਾਂ ਵਿੱਚ ਦੋ ਪ੍ਰਵਿਰਤੀਆਂ ਪ੍ਰਤੱਖ ਹੁੰਦੀਆਂ ਹਨ ਪ੍ਰਗਟ ਹੁੰਦੀਆਂ ਹਨ ਕਿਹੜੀਆਂ ਦੋ ਪ੍ਰਵਿਰਤੀਆਂ ਹਨ ਜੀਵਨੀ ਮੂਲਕ ਵੇਰਵੇ ਦਿੱਤੇ ਇੱਕ ਤਾਂ ਉਹਨਾਂ ਨੇ ਅਤੇ ਵਿਚਾਰ ਧਾਰਾ ਤੇ ਸਿਧਾਂਤਾਂ ਸਿਧਾਂਤ ਦੀ ਵਿਆਖਿਆ ਦੋਵਾਂ ਪ੍ਰਵਿਰਤੀਆਂ ਨੂੰ ਸਿੱਖ ਧਰਮ ਦੀ ਵਿਲੱਖਣਤਾ ਦੇ ਪ੍ਰਭਾਵ ਅਧੀਨ ਹੀ ਸਿਰਜੀਆਂ ਗਈਆਂ ਹਨ ਇਹ ਭਾਈ ਸਾਹਿਬ ਨੇ ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਮਕਾਲੀ ਸਥਿਤੀ ਦੇ ਪ੍ਰਸੰਗ ਵਿੱਚ ਰੱਖ ਕੇ ਪੁੱਤਰ ਸਿਰਜਿਤ ਕੀਤਾ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੱਨ ਜੱਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਏ ਸਨ ਉਸ ਟਾਈਮ ਕਾਲ ਯੁਗ ਦਾ ਹਨੇਰਾ ਫੈਲਿਆ ਹੋਇਆ ਸੀ ਇਸ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਹੈ ਜੇ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਕਾਲ ਯੁਗ ਦਾ ਹਨੇਰਾ ਮਿਟ ਗਿਆ ਠੀਕ ਹੈ ਤੇ ਸੂਰਜ ਨਿਕਲ ਆਇਆ ਇਸ ਤਰ੍ਹਾਂ ਰੋਸ਼ਨੀ ਹੋਈ ਤੇ ਤਾਰੇ ਛਿਪ ਗਏ ਤੇ ਹੰਦੇਰ ਚਲਾ ਗਿਆ ਉੱਡ ਪੁੱਡ ਗਿਆ ਜੋ ਉੱਡ ਪੁੱਡ ਗਿਆ ਹੰਦੇਰ ਕਲਯੁਗ ਅਤਿਆਚਾਰ ਸਾਰੇ ਖਤਮ ਹੋ ਗਏ ਇਸੇ ਤਰ੍ਹਾਂ ਭਾਈ ਸਾਹਿਬ ਦੀਆਂ ਹੋਰ ਵਾਰਾਂ ਜਿਵੇਂ ਵਾਰ ਦੋ ਵਿੱਚ ਵਾਹਿਗੁਰੂ ਦੀ ਸਰਬਵਿਆਪਕਤਾ ਨੂੰ ਦਰਸਾਇਆ ਗਿਆ ਹੈ ਤੇ ਵਾਰ 3 ਵਿੱਚ ਗੁਰਮੁਖ ਤੇ ਗੁਰਸਿੱਖ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਹੈ ਹਾਂਜੀ ਹੁਣ ਵਾਰ ਜਿਹੜੀਆਂ ਹੈ ਕਿਹੜੀ ਵਾਰ ਵਿੱਚ ਕਿਹੜੇ-ਕਿਹੜੇ ਵਿਸ਼ੇ ਲਏ ਗਏ ਹਨ ਵਾਰ 2 ਵਿੱਚ ਵਾਹਿਗੁਰੂ ਦੀ ਸਰਵ ਵਿਆਪਕਤਾ ਨੂੰ ਦਰਸਾਇਆ ਗਿਆ ਹੈ ਵਾਰ 3 ਵਿੱਚ ਗੁਰਮੁਖ ਤੇ ਗੁਰਸਿੱਖ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕੀਤਾ ਗਿਆ ਹੈ ਵਾਰ 4 ਵਿੱਚ ਨਿਮਰਤਾ ਨੂੰ ਪ੍ਰਧਾਨ ਮਨੁੱਖੀ ਗੁਣ ਦੱਸ ਕੇ ਅਲੰਕਾਰਿਕ ਵਿਸ਼ਲੇਸ਼ਣ ਕੀਤਾ ਗਿਆ ਹੈ ਵਾਰ 5 6 ਅਤੇ 9 ਵਿੱਚ ਗੁਰਮੁਖਾਂ ਦੇ ਹੋਰ ਲੱਛਣਾਂ ਦਾ ਬਿਆਨ ਕੀਤਾ ਗਿਆ ਹੁਣ ਇਹ ਵਾਰਾਂ ਦੇ ਨੰਬਰ ਦੱਸਿਆ ਕਿਹੜੀ-ਕਿਹੜੀ ਵਾਰ ਵਿੱਚ ਕੀ-ਕੀ ਹੈ ਵਾਰ 10ਵੀਂ ਵਿੱਚ ਵੱਖ-ਵੱਖ ਭਗਤਾਂ ਦੇ ਜੀਵਨ ਵਰਤਾਂਤਾਂ ਨੂੰ ਸੰਖੇਪ ਢੰਗ ਨਾਲ ਪ੍ਰਸਤੁਤ ਕੀਤਾ ਗਿਆ ਹੁਣ 11ਵੀਂ ਵਿੱਚ ਕੀ ਕੀਤਾ ਗਿਆ ਭਗਤਾਂ ਦੇ ਜੀਵਨ ਵਰਤਾਂਤਾਂ ਨੂੰ ਸੰਖੇਪ ਛੋਟੇ ਰੂਪ ਵਿੱਚ ਪ੍ਰਸਤੁਤ ਕੀਤਾ ਗਿਆ ਬੜੇ ਛੋਟੇ ਰੂਪ ਵਿੱਚ ਉਹਨਾਂ ਦੇ ਜੀਵਨ ਢੰਗ ਨੂੰ ਪੇਸ਼ ਕੀਤਾ ਗਿਆ 11ਵੀਂ ਵਾਰ ਵਿੱਚ ਪ੍ਰਸਿੱਧ ਸਿੱਖਾਂ ਦਾ ਜ਼ਿਕਰ ਕੀਤਾ ਗਿਆ ਹੁਣ 11ਵੀਂ ਵਾਰ ਵਿੱਚ ਕਿੰਨਾਂ ਦਾ ਜ਼ਿਕਰ ਕੀਤਾ ਗਿਆ ਹੈ ਪ੍ਰਸਿੱਧ ਸਿੱਖਾਂ ਦਾ ਵਾਰ 15ਵੀਂ ਵਿੱਚ ਨੀਵੀਂ ਕੁਲ ਨਾਲ ਸੰਬੰਧਿਤ ਭਗਤਾਂ ਭਗਤ ਨਾਮਦੇਵ ਰਵੀਦਾਸ ਤੇ ਕਬੀਰ ਜੀ ਆਦ ਦਾ ਜ਼ਿਕਰ ਹੈ ਹੁਣ ਜਿਹੜੀ ਵਾਰ 15ਵੀਂ ਹੈ ਹੁਣ ਉਹਨਾਂ ਵਿੱਚ ਭਗਤਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਨੀਵੀਂ ਕੁਲ ਨਾਲ ਸੰਬੰਧਿਤ ਸਨ ਭਗਤ ਨਾਮਦੇਵ ਰਵੀਦਾਸ ਤੇ ਕਬੀਰ ਜੀ ਵਾਰ 16ਵੀਂ ਵਿੱਚ ਮੀਨਿਆ ਸੰਬੰਧੀ ਵਰਣਨ ਮਿਲਦਾ ਹੈ ਵਾਰ 28ਵੀਂ ਵਿੱਚ ਸਿੱਖੀ ਦੀ ਉਸਤਤ ਕੀਤੀ ਗਈ ਹੈ ਹੁਣ ਵਾਰਾਂ ਦੇ ਦੱਸਿਆ ਕਿਹੜੀ ਵਾਰ ਵਿੱਚ ਜੀਵੇਂ 82ਵੀਂ ਵਿੱਚ ਸਿੱਖੀ ਦੀ ਉਸਤਤਿ 816ਵੀਂ ਵਿੱਚ ਮੀਨਾ ਸੰਬੰਧੀ ਵਰਣਨ ਹੈ 815ਵੀਂ 15ਵੀਂ ਵਿੱਚ ਭਗਤਾਂ ਨਾਲ ਸੰਬੰਧਿਤ ਹੈ ਪਾਈ ਗੁਰਦਾਸ ਜੀਆਂ 12 ਗੁਰੂ ਸਾਹਿਬਾਨਾਂ ਦੁਆਰਾ ਰਚਿਤ ਅਧਿਆਤਮਿਕ 12 ਦਾ ਹੀ ਅਨੁਸਰਣ ਕਰਦੀਆਂ ਹਨ ਪਾਈ ਗੁਰਦਾਸ ਜੀ ਦੀਆਂ ਜਿੰਨੀਆਂ ਵੀ 12 ਹਨ ਜੋ ਗੁਰੂ ਸਾਹਿਬ ਨੇ ਪਹਿਲਾਂ ਵਾਰਾਂ ਦੇ ਹੱਥਪਿੰਗ ਰਚੀਆਂ ਹੋਈਆਂ ਸਨ ਉਹਨਾਂ ਦਾ ਹੀ ਅਨੁਸਰਣ ਕਰਦੀਆਂ ਹਨ ਗੁਰਮੁਖ ਤੇ ਮਨਮੁਖ ਨਾਇਕ ਪ੍ਰਤੀਨਾਇਕ ਵਜੋਂ ਸਿਰਜੇ ਗਏ ਆਣ ਹੁਣ ਇਹਦੇ ਵਿੱਚ ਨਾਇਕ ਕਿਸ ਨੂੰ ਬਣਾਇਆ ਗਿਆ ਪਿਆਰੇ ਵਿੱਚੋਂ ਗੁਰੂ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਗੁਰਮੁਖ ਨੂੰ ਤੇ ਪ੍ਰਤੀਨਾਇਕ ਮਨਮੁਖ ਹੈ ਸਿੱਖੀ ਜੀਵਨ ਜਾਂਚ ਆਚਰਨ ਤੇ ਸਿਧਾਂਤਾਂ ਨੂੰ ਪੁਰਾਣਿਕ ਤੇ ਸਨਤਨੀ ਦਰਸ਼ਨ ਵਿੱਚੋਂ ਟੁਕਮੇ ਹਵਾਲਿਆਂ ਨਾਲ ਖੰਡਿਤ ਮੰਡਿਤ ਕੀਤਾ ਗਿਆ ਹੈ ਜਿੱਥੇ ਇਹ 12 ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਤੇ ਸਿੱਖੀ ਸਿਧਾਂਤਾਂ ਦੀ ਵਿਆਖਿਆ ਕਰਦੀਆਂ ਹਨ ਉੱਥੇ ਇਹਨਾਂ ਦੇ ਵਿਸ਼ੇ ਵਸਤੂ ਤੇ ਰੂਪਗੁਣਾ ਦੇ ਕਾਰਨ ਇਹ 12 ਪੰਜਾਬੀ ਵਾਰ ਕਾਵ ਦਾ ਉੱਤਮ ਸਰਮਾਇਆ ਹਨ ਭਾਈ ਗੁਰਦਾਸ ਦੀਆਂ 12 ਵਾਰ ਕਾਵ ਦੇ ਇਤਿਹਾਸ ਵਿੱਚ ਠੇਠ ਪੰਜਾਬੀ ਭਾਸ਼ਾ ਨੂੰ ਅਪਣਾਉਂਦੀਆਂ ਤੇ ਵਿਸਥਾਰ ਵਿਸਤਾਰ ਦਿਆਂ ਹਨ ਹਾਂਜੀ ਭਾਈ ਗੁਰਦਾਸ ਜੀ ਦੀਆਂ 12 ਕਿਹੜੀ ਭਾਸ਼ਾ ਨੂੰ ਅਪਣਾਉਂਦੀਆਂ ਹਨ ਠੇਠ ਪੰਜਾਬੀ ਭਾਸ਼ਾ ਨੂੰ ਅਪਣਾਉਂਦੀਆਂ ਹਨ ਤੇ ਉਸ ਦਾ ਹੀ ਵਿਸਥਾਰ ਕਰਦੀਆਂ ਹਨ ਭਾਈ ਸਾਹਿਬ ਦੀ ਠੇਠ ਪੰਜਾਬੀ ਉੱਪਰ ਮਾਝੀ ਭਾਸ਼ਾ ਦੀ ਵਿਸ਼ੇਸ਼ ਰੰਗਣ ਹੈ ਹੁਣ ਠੇਠ ਪੰਜਾਬੀ ਵਿੱਚ ਤਾਂ ਭਾਈ ਗੁਰਦਾਸ ਜੀ ਨੇ ਵਾਰਾਂ ਰਚੀਆਂ ਹੀ ਰਚੀਆਂ ਹਨ ਬੱਚਿਓ ਤੇ ਉਹਨਾਂ ਉੱਪਰ ਕਿਹੜੀ ਭਾਸ਼ਾ ਦਾ ਰੰਗਣ ਹੈ ਵਿਸ਼ੇਸ਼ ਰੰਗਣ ਕਿਹੜੀ ਭਾਸ਼ਾ ਦਾ ਮਾਝੀ ਭਾਸ਼ਾ ਦਾ ਹਾਂਜੀ ਯਾਦ ਰੱਖਣਾ ਤੁਸੀਂ ਇਹ ਵਾਰਾਂ ਗੁਰਬਾਣੀ ਤੇ ਗੁਰਮਤ ਦੀਆਂ ਦੀ ਵਿਆਖਿਆ ਦੇ ਨਾਲ-ਨਾਲ ਪੰਜਾਬੀ ਲੋਕ ਜੀਵਨ ਨਾਲ ਵੀ ਪਰਸਪਰ ਜੁੜੀਆਂ ਹੋਈਆਂ ਹਨ ਹੁਣ ਗੁਰਮਾ ਗੁਰਬਾਣੀ ਤੇ ਗੁਰਮਤ ਦੀ ਵਿਆਖਿਆ ਤਾਂ ਕਰਦੀਆਂ ਹੀ ਕਰਦੀਆਂ ਹਨ ਲੇਕਿਨ ਉਹਦੇ ਨਾਲ-ਨਾਲ ਕੀ ਕਰਦੀ ਹੈ ਨਾ ਪੰਜਾਬੀ ਲੋਕ ਜੀਵਨ ਨਾਲ ਵੀ ਬੜੀ ਗਹਿਰੇ ਗੈਰੇ ਢੰਗ ਨਾਲ ਜੁੜੀਆਂ ਹੋਈਆਂ ਹਨ ਗਹਿਰੇ ਤਰੀਕੇ ਨਾਲ ਭਾਈ ਗੁਰਦਾਸ ਜੀ ਦੀ ਦੂਜੀ ਕਾਫ ਬਣ ਗਈ ਬਰਜ ਭਾਸ਼ਾ ਵਿੱਚ ਰਚਿਤ ਕਵਿਤੇ ਸਵਈਏ ਹਨ ਇਹਨਾਂ ਦੀ ਰਚਨਾ ਦਾ ਸਥਾਨ ਮੁੱਖ ਤੌਰ ਤੇ ਹਿੰਦੀ ਭਾਸ਼ਾ ਦਾ ਖੇਤਰ ਹੈ ਜਿੱਥੇ ਭਾਈ ਸਾਹਿਬ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਭੇਜਿਆ ਗਿਆ ਸੀ ਹੁਣ ਕਵਿਤੇ ਸਵਈਏ ਵੀ ਲਿਖੇ ਹਨ ਉਹ ਕਿਹੜੀ ਭਾਸ਼ਾ ਵਿੱਚ ਹਨ ਪਿਆਰੇ ਬੱਚਿਓ ਬਰਜ ਭਾਸ਼ਾ ਵਿੱਚ ਇਹਨਾਂ ਤੇ ਕਿਹੜੀ ਭਾਸ਼ਾ ਦਾ ਪਰ ਬਾਬਾ ਹਿੰਦੀ ਭਾਸ਼ਾ ਦਾ ਹੈ ਕਿਉਂ ਕਿ ਇੱਥੇ ਭਾਈ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਭੇਜਿਆ ਗਿਆ ਸੀ ਇਸ ਵਿੱਚ ਆਗਰਾ ਤੇ ਵਾਰਾਨਸੀ ਪ੍ਰਮੋਖ ਹਨ ਇਹਨਾਂ ਕਵਿਤੇ ਸਵਈਆਂ ਦੀ ਭਾਸ਼ਾ ਪੰਜਾਬੀ ਮਿਸ਼ਰਤ ਵਰਜੀ ਹੈ ਹਾਂਜੀ ਕਿਹੜੀ ਭਾਸ਼ਾ ਹੈ ਪੰਜਾਬੀ ਮਿਸ਼ਰਤ ਬਰਜੀ ਪਾਸ਼ਾ ਡਾਕਟਰ ਰਤਨ ਸਿੰਘ ਜੱਗੀ ਇਹਨਾਂ ਨੂੰ ਦੋ ਵਰਗਾਂ ਵਿੱਚ ਵੰਡਦੇ ਹਨ ਵਿਆਖਿਆ ਪ੍ਰਦਾਨ ਤੇ అనుਭਵ ਪ੍ਰਦਾਨ ਹੁਣ ਜਿਹੜੇ ਕਵਿਤੇ ਸਵਈਏ ਹਨ ਕਿੰਨਾਂ ਨੇ ਦੋ ਵਰਗਾਂ ਵਿੱਚ ਵੰਡਿਆ ਹੈ ਇਹਨਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤੇ ਸਵਈਆਂ ਨੂੰ ਜਿਹੜੇ ਬਰਜ ਪਾਸ਼ਾ ਵਿੱਚ ਲਿਖੇ ਹੋਏ ਹਨ ਡਾਕਟਰ ਰਤਨ ਸਿੰਘ ਜੱਗੀ ਨੇ ਕਿਹੜੇ ਦੋ ਵਰਗਾਂ ਵਿੱਚ ਵੰਡਿਆ ਹੈ ਵਿਆਖਿਆ ਪ੍ਰਦਾਨ ਤੇ అనుਭਵ ਪ੍ਰਦਾਨ ਹੁਣ ਦੇਖਦੇ ਹਾਂ ਵਿਆਖਿਆ ਪ੍ਰਦਾਨ ਵਿੱਚ ਕਿਹੜੇ ਹਨ ਵਿਆਖਿਆ ਪ੍ਰਦਾਨ ਕਵਿਤ ਉਹ ਹਨ ਜਿਨ੍ਹਾਂ ਰਾਹੀਂ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕੀਤਾ ਗਿਆ ਸੀ ਹੁਣ ਵਿਆਖਿਆ ਪ੍ਰਦਾਨ ਕਿਹੜੇ ਹਨ ਪਿਆਰੇ ਬੱਚਿਓ ਜਿਨ੍ਹਾਂ ਵਿਚ ਗੁਰਮਤਿ ਸਿਧਾਂਤਾਂ ਨੂੰ ਪ੍ਰਗਟ ਕੀਤਾ ਗਿਆ ਸੀ ਤੇ ਅਨੁਭਵ ਪ੍ਰਦਾਨ ਕਵਿਤ ਉਹ ਹਨ ਜਿਸ ਵਿੱਚ ਆਪ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਨਿੱਜੀ ਅਨੁਭਵ ਦਾ ਪ੍ਰਗਟਾਵਾ ਕੀਤਾ ਹੈ ਹੁਣ ਅਨੁਭਵ ਪ੍ਰਦਾਨ ਕਿਹੜੇ ਕਵਿਤਾ ਹਨ ਜਿਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਨਿੱਜੀ ਅਨੁਭਵ ਦਾ ਪ੍ਰਗਟਾਵਾ ਕੀਤਾ ਹੈ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਭਾਈ ਸਾਹਿਬ ਨੇ ਆਪਣੀ ਕਵਿਤੇ ਸਵੀਆਂ ਰਾਹੀ ਗੁਰਮਤਿ ਜੀਵਨ ਜਾਂਚ ਅਤੇ ਸਿੱਖ ਸਿਧਾਂਤ ਦੇ ਵਿਚਾਰਧਾਰਾ ਨੂੰ ਹੀ ਪੇਸ਼ ਕੀਤਾ ਹੈ ਹਾਂਜੀ ਉਦਾਹਰਨ ਵਜੋਂ ਜੋਗ ਪਿਖੇ ਭੋਗ ਅਰ ਭੋਗ ਵਿਖੇ ਜੋਗ ਜਤ ਗੁਰਮੁਖ ਪੰਥ ਜੋਗ ਭੋਗ ਸਹ ਅਤੀਤ ਹੈ ਗਿਆਨ ਵਿਖੇ ਧਿਆਨ ਅਰ ਧਿਆਨ ਵਿਖੇ ਵਿਦੇ ਗਿਆਨ ਗੁਰਮਤ ਗਤ ਗਿਆਨ ਧਿਆਨ ਕਹ ਅਜੀਤ ਹੈ ਇਸੇ ਤਰ੍ਹਾਂ ਪਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਗੁਰਮਤ ਕਾਵਤਾਰਾ ਵਿੱਚ ਆਪਣਾ ਵਿਲੱਖਣ ਸਥਾਨ ਸਿਰਜਦੀ ਹੈ ਹਾਂਜੀ ਪਾਈ ਗੁਰਦਾਸ ਜੀ ਦੀ ਰਚਨਾ ਬੱਚਿਓ ਗੁਰਮਤ ਕਾਵਤਾਰਾ ਵਿੱਚ ਆਪਣਾ ਵਲੱਖਣ ਸਥਾਨ ਸਿਰਜਦੀ ਹੈ ਗੁਰਬਾਣੀ ਤੇ ਗੁਰਮਤ ਦੀ ਵਿਆਖਿਆ ਕਰਨ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ ਹਾਂਜੀ ਗੁਰਬਾਣੀ ਤੇ ਗੁਰਮਤ ਦੀ ਵਿਆਖਿਆ ਕਰਨ ਹਾਂਜੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਿਸ ਬਾਣੀ ਮਾਨ ਪ੍ਰਾਪਤ ਹੈ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਨ ਪ੍ਰਾਪਤ ਹੈ ਭਾਈ ਗੁਰਦਾਸ ਦੀ ਰਚਨਾ ਗੁਰਮਤ ਵਿਚਾਰਧਾਰਾ ਤੇ ਜੀਵਨ ਦਰਸ਼ਨ ਨੂੰ ਭਾਰਤੀ ਸਮਾਜ ਤੇ ਸੱਭਿਆਚਾਰ ਵਿੱਚ ਪਰਪੱਕ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕਰਦੀ ਹੋਈ ਵਿਸ਼ਵ ਪੱਧਰ ਤੇ ਸੰਵਾਦ ਸਿਰਜਦੀ ਦੀ ਪ੍ਰਤੀਤ ਹੁੰਦੀ ਹੈ ਸੋ ਨਿਰ ਵਿਵਾਦ ਰੂਪ ਵਿੱਚ ਗੁਰਮਤ ਕਾਵਿ ਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਰਚਨਾਕਾਰਾਂ ਤੇ ਭਾਈ ਗੁਰਦਾਸ ਜੀ ਦੀ ਰਚਨਾ ਸਦਕਾ ਇਸ ਕਾਲ ਦੀ ਸਰ ਪ੍ਰਮੁੱਖ ਕਾਵਿ ਧਾਰਾ ਹੋ ਨਿਬੜਦੀ ਹੈ ਹਾਂਜੀ ਹਾਂਜੀ ਪਿਆਰੇ ਬੱਚਿਓ ਆਪਾਂ ਗੁਰਮਤ ਕਾਵਤਾਰਾ ਪੜ ਚੁੱਕੇ ਹਾਂ ਮਿਲਦੇ ਹਾਂ ਅਗਲੀ ਕਲਾਸ ਵਿੱਚ ਅਗਲੇ ਪਾਠ ਨਾਲ ਧੰਨਵਾਦ